ਹੈਲੋ ਸਟੂਡੈਂਟਸ ਗੁੱਡ ਆਫਟਰਨੂੰ ਮੈਂ ਗੁੰਜਨ ਸਵਾਗਤ ਕਰਦੀ ਹਾਂ ਤੁਹਾਡਾ ਤੁਹਾਡੇ ਆਪਣੇ ਚੈਨਲ ਸਕਾਈਲਾਈਟ ਅਕੈਡਮੀ ਦੇ ਆਨਲਾਈਨ ਪਲੇਟਫਾਰਮ ਤੇ ਤਾਂ ਅੱਜ ਦੀ ਆਪਣੀ ਕਲਾਸ ਰਹੇਗੀ ਇਕਾਂਗੀਕਾਰ ਨਾਟਕਕਾਰ ਕਪੂਰ ਸਿੰਘ ਘੁੰਮਣ ਬਾਰੇ ਤਾਂ ਇਕਾਂਗੀਕਾਰ ਦੀ ਸੀਰੀਜ਼ ਚੱਲ ਰਹੀ ਹੈ ਉਹਦੇ ਵਿੱਚ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਵੀ ਜ਼ਰੂਰ ਪ੍ਰੈਸ ਕਰ ਲਿਓ ਆਲ ਤੇ ਸੈੱਟ ਕਰਕੇ ਤਾਂ ਜੋ ਕਨੇ ਕਲਾਸਿਸ ਦੀ ਨੋਟੀਫਿਕੇਸ਼ਨਸ ਆ ਉਹ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚ ਦੇ ਰਹੇ ਹਨ ਤੇ ਤੁਸੀਂ ਵੀ ਟਾਈਮ ਤੇ ਆਪਣੀ ਕਲਾਸ ਨੂੰ ਜੁਆਇਨ ਕਰ ਸਕੋ ਤੇ ਕੋਈ ਵੀ ਪੇਡ ਕੋਰਸ ਪਰਚੇਸ ਕਰਨਾ ਹੋਵੇ ਤਾਂ ਉਹਦੇ ਲਈ Google Play Store ਤੇ ਜਾ ਕੇ Skylight Academy Haboor ਦੇ ਨਾਮ ਤੇ ਆਪਣੀ ਐਪਲੀਕੇਸ਼ਨ ਦਾ ਲੋਗੋ ਧਿਆਨ ਨਾਲ ਦੇਖ ਲੈਣਾ ਤੇ ਇਹਨੂੰ ਇੰਸਟਾਲ ਕਰ ਲੈਣਾ। ਇਹਦੇ ਨਾਲ ਸੰਬੰਧਿਤ ਹੋਰ ਕੋਈ ਵੀ ਜਾਣਕਾਰੀ ਪ੍ਰਾਪਤ ਕਰਨੀ ਹੋਵੇ ਤਾਂ ਆਪਣਾ ਨੰਬਰ ਦਿੱਤਾ ਗਿਆ ਹੈ। ਇਸ ਨੰਬਰ ਤੇ ਕੰਟੈਕਟ ਕਰਕੇ ਕਿਸੇ ਵੀ ਪੇਡ ਕੋਰਸ ਸੰਬੰਧੀ ਜਿਹੜੀ ਜਾਣਕਾਰੀ ਹੈ ਉਹ ਤੁਸੀਂ ਪ੍ਰਾਪਤ ਕਰ ਸਕਦੇ ਹੋ। ਆਪਣਾ Telegram ਚੈਨਲ ਵੀ ਬਣਿਆ ਹੋਇਆ ਤੁਸੀਂ ਇਸ ਨੂੰ ਜੁਆਇਨ ਕਰ ਸਕਦੇ ਹੋ @skylightacademy ਸਰਚ ਕਰਕੇ। ਇਥੇ ਤੁਹਾਨੂੰ ਆਪਣੇ ਪੀਡੀਐਫ ਦੇ ਰੂਪ ਵਿੱਚ ਨੋਟਸ ਜਿਹੜੇ ਆ ਉਹ ਫ੍ਰੀ ਕੰਟੈਂਟ ਹੈ ਉਹ ਪ੍ਰੋਵਾਈਡ ਕਰਵਾਇਆ ਜਾਂਦਾ ਨਾਲ ਦੀ ਨਾਲ ਕਲਾਸਿਸ ਦਾ ਸ਼ਡਿਊਲ ਵੀ ਤੁਹਾਨੂੰ ਆਪਣੇ ਟੈਲੀਗ੍ਰਾਮ ਚੈਨਲ ਤੇ ਹੀ ਪ੍ਰਾਪਤ ਹੋ ਜਾਂਦਾ ਤਾਂ ਤੁਸੀਂ ਇਹਨੂੰ ਜੁਆਇਨ ਕਰ ਲੈਣਾ ਤੇ ਅੱਗੇ ਆਪਣੇ ਕੋਲ ਨਿਊ ਆਫਲਾਈਨ ਬੈਚ ਹੈ ਤੁਹਾਡੇ ਲਈ ਸਪੈਸ਼ਲੀ ਬਣਾਇਆ ਗਿਆ ਫਰੈਸ਼ ਬੈਚ ਰਹੇਗਾ ਪੀਐਸਟੈਟ 2023 ਲਈ ਜਿਹੜਾ ਕਿ ਤੁਹਾਨੂੰ ਸਿਰਫ ਔਰ ਸਿਰਫ 499 ਤੇ ਮਿਲ ਜੇਗਾ ਤਾਂ ਬੈਸਟ ਕੁਆਲਿਟੀ ਦਾ ਬੈਚ ਹੈ ਤੁਸੀਂ ਇਸ ਨੂੰ ਕਰ ਸਕਦੇ ਹੋ ਪਰਚੇਸ ਪੀਆ ਸਟੱਡ ਤੇ ਸੀਟ ਐਟ ਦਾ ਰਿਜ਼ਲਟ ਹੈ ਤੁਹਾਡੇ ਸਾਹਮਣੇ ਆ 200 ਤੋਂ ਪਲੱਸ ਜਿਹੜੇ ਸਟੂਡੈਂਟ ਹੈਗੇ ਆ ਜਿਨ੍ਹਾਂ ਨੇ ਸਕਾਈਲਾਈਟ ਅਕੈਡਮੀ ਤੋਂ 2022 ਵਿੱਚ ਆਫਲਾਈਨ ਤੇ ਆਨਲਾਈਨ ਪੀਆ ਸਟੱਡ ਤੇ ਸੀਟ ਐਟ ਦਾ ਬੈਸ ਜਿਹੜਾ ਉਹ ਪਰਚੇਸ ਕਰਕੇ ਕਵੈਲੀਫਾਈਡ ਕੀਤਾ ਤਾਂ ਸਸਰੀਆ ਕਾਲ ਜੀ ਕਲਾਸਰੂਮ ਸ਼ੇਅਰ ਕਰ ਦਿਓ ਤਾਂ ਪਹਿਲਾ ਕੁਸ਼ਣ ਹੈ ਕਪੂਰ ਸਿੰਘ ਘੁੰਮਣ ਦਾ ਜਨਮ ਕਦੋਂ ਹੋਇਆ ਹਾਂਜੀ ਸਸਰੀਆ ਕਾਲ ਜੀ ਮਨਪ੍ਰੀਤ ਕੌਰ ਕਮਲਾ ਦੇਵੀ ਮਨਜੀਤ ਕੁਮਾਰ ਗਿਲਬੀਰ ਸਿੰਘ ਸਤਿ ਸ਼੍ਰੀ ਅਕਾਲ ਤਾਂ ਪਹਿਲੇ ਕੁਸ਼ਨ ਦਾ ਆਨਸਰ ਕਰਨਾ ਸੀ ਕਪੂਰ ਸਿੰਘ ਘੁੰਮਣ ਦਾ ਜਨਮ ਕਦੋਂ ਹੋਇਆ ਤਾਂ 2 ਫਰਵਰੀ ਨੂੰ ਜਨਮ ਹੋਇਆ ਸੀ ਇਹਨਾਂ ਦਾ ਹਾਂਜੀ 2 ਫਰਵਰੀ 1923 25 27 ਜਾਂ ਫਿਰ 29 ਕਦੋਂ ਹੋਇਆ ਵੀ ਇਹਨਾਂ ਦਾ ਜਨਮ ਸੀ ਆਪਸ਼ਨ ਕੀਤਾ ਜਾ ਰਿਹਾ ਵੈਰੀ ਗੁੱਡ ਬਿਲਕੁਲ ਸੀ ਆਪਸ਼ਨ ਆ ਜਾਏਗਾ ਆਪਣੇ ਕੋਲ ਇੱਥੇ 1927 ਈਸਵੀ ਵਿੱਚ ਇਹਨਾਂ ਦਾ ਜਨਮ ਹੋਇਆ ਸੀ 2 ਫਰਵਰੀ ਨੂੰ ਹੋਇਆ ਕਿੱਥੇ ਹੈ ਤਾ ਪਿੰਡ ਜਿਹੜਾ ਉਹ ਦੁਲੀਚੀਕੇ ਜਿਹੜਾ ਕਿ ਸ਼ਾਲਪੋਰਟ ਚ ਪੈਂਦਾ ਇਹਨਾਂ ਦਾ ਉੱਥੇ ਜਨਮ ਹੋਇਆ ਰਮਨਦੀਪ ਕੌਰ ਸਸਰੀਆ ਕਾਲ ਜੀ ਅਗਲਾ ਪ੍ਰਸ਼ਨਾ ਕਪੂਰ ਸਿੰਘ ਕੁੰਮਨਕੇਸ ਵਿਭਾਗ ਦੇ ਡਾਇਰੈਕਟਰ ਰਹੇ ਸਨ ਇਹਨਾਂ ਨੇ ਵੱਖ-ਵੱਖ ਜਿਹੜੀਆਂ ਉਹ ਨੌਕਰੀਆਂ ਕੀਤੀਆਂ ਤੇ ਉਸ ਤੋਂ ਬਾਅਦ ਜਿਹੜਾ ਉਹ ਇੱਕ ਜਗ੍ਹਾ ਤੇ ਟਿਕਿਆ ਇਹਨਾਂ ਨੇ ਕੰਮ ਕੀਤਾ ਉਹ ਸੀਗਾ ਭਾਸ਼ਾ ਵਿਭਾਗ ਆਪਣਾ ਪੰਜਾਬੀ ਯੂਨੀਵਰਸਿਟੀ ਚ ਤੇ ਉੱਥੇ ਹੀ ਡਾਇਰੈਕਟਰ ਦੇ ਵਜੋਂ ਹੀ ਜਿਹੜੇ ਆ ਉਹ ਸੇਵਾਮੁਕਤ ਵੀ ਹੋਏ ਸੀ ਤਾਂ ਇੱਥੇ ਆਨਸਰ ਕਰੋ ਇਸ ਕੁਸ਼ਨ ਦਾ ਏ অপਸ਼ਨ ਆ ਜੀਗਾ ਬਿਲਕੁਲ ਪਾਸ਼ਾ ਵਿਭਾਗ ਦੇ ਡਾਇਰੈਕਟਰ ਵੀ ਰਹਿ ਚੁਕੇ ਆ ਤੇ ਉਥੋਂ ਹੀ ਸੇਵਾ ਮੁਕਤ ਵੀ ਹੋਏ ਆ ਅਗਲਾ ਪ੍ਰਸ਼ਨ ਹੈ ਕਪੂਰ ਸਿੰਘ ਨੂੰ ਮੰਦਾ ਪਹਿਲਾ ਇਕਾਂਗੀ ਸੰਗ੍ਰਹਿ ਦੱਸਣਾ ਤੁਸੀਂ ਪਹਿਲਾ ਇਕਾਂਗੀ ਸੰਗ੍ਰਹਿ ਜੇਕਰ ਪਹਿਲੇ ਇਕਾਂਗੀ ਬਾਰੇ ਪੁੱਛਿਆ ਜਾਵੇ ਫੇਰ ਰਹੇਗਾ ਕੱਲੋ ਠੀਕ ਹੈ ਜੀ ਕੱਲੋ ਨਾਮ ਦੇ ਇਕਾਂਗੀ ਸੀਗੀ ਇਹਨਾਂ ਦੀ ਜਿਹੜੀ ਕਿ ਪਹਿਲੀ ਮੰਨੀ ਜਾਂਦੀ ਆ ਤੇ ਐਡ ਕਿਦੇ ਵਿੱਚ ਕੀਤੀ ਗਈ ਸੀ ਜੈਲਦਾਰ ਠੀਕ ਹੈ ਅਥੀ ਆਪਸ਼ਨ ਕਿਹੜਾ ਆਏਗਾ ਜੈਲਦਾਰ ਜਿਹੜਾ ਕਿ 1956 ਵਿੱਚ ਜਿਹੜਾ ਉਹ ਹੁੰਦਾ ਹੈ ਇਹਨਾਂ ਦਾ ਇਕਾਂਗੀ ਸੰਗ੍ਰਹਿ ਤਾਂ ਹਾਲਾਂਕਿ ਜੈਲਦਾਰ 1956 ਤੇ ਰੱਬ ਦੇ ਰੰਗ ਜਿਹੜੇ ਆ 1955 ਆਏਗਾ ਤੇ ਪਹਿਲਾ ਭਾਵੇਂ ਰੱਬ ਦੇ ਰੰਗ ਇਕਾਂਗੀ ਸੰਗ੍ਰਹਿ ਪਰੰਤੂ ਪਹਿਲੀ ਇਕਾਂਗੀ ਜੈਲਦਾਰ ਜਿਹੜਾ ਕਿ 1956 ਵਿੱਚ ਛਪਿਆ ਸੀ ਉਹਦੇ ਵਿੱਚ ਜਿਹੜਾ ਉਹ ਕੱਲੋਂ ਇਕਾਂਗੀ ਨੂੰ ਐਡ ਕੀਤਾ ਗਿਆ ਠੀਕ ਹੈ ਜੀ ਹਾਂਜੀ ਰੱਬ ਦੇ ਰੰਗ 55 ਨਹੀਂ ਬਲਕਿ 55 ਹੈਗਾ ਜੈਲਦਾਰ ਉਸ 55 ਗਲਤ ਕੀਮਤਾ 1958 ਇਸ ਦਾ ਸਨ ਜਿਹੜਾ ਉਹ ਵੀ ਤੁਸੀਂ ਜ਼ਰੂਰ ਯਾਦ ਕਰ ਲੈਣਾ 1958 ਪੰਜਾਬ ਜਿਹੜਾ ਉਹ ਆਏਗਾ ਆਪਣੇ ਕੋਲ 1961 ਇਸਵੀ ਇਹਨਾਂ ਦੇ ਸਨ ਜ਼ਰੂਰ ਯਾਦ ਕਰ ਲੈਣੇ ਆ ਸਾਰੇ ਦੇ ਸਾਰੇ ਤੁਸੀਂ ਪਰੰਤੂ ਪਹਿਲਾ ਇਕਾਂਗੀ ਸੰਗ੍ਰਹਿ ਹੈਗਾ ਇਹਨਾਂ ਦਾ ਰੱਬ ਦੇ ਰੰਗ ਹੈ ਬਟ ਮੰਨਿਆ ਕਿਹੜਾ ਜਾਂਦਾ ਹੈ ਜੈਲਦਾਰ ਠੀਕ ਹੈ ਜੈਲਦਾਰ ਆਏਗਾ ਇਥੇ ਇਸ ਕੁਸ਼ਣ ਦਾ ਆਨਸਰ ਮੰਨਿਆ ਜੈਲਦਾਰ ਜਾਂਦਾ ਅਗਲਾ ਪ੍ਰਸ਼ਨ ਹੈ ਰਾਣੀ ਕੋਕਲਾ ਪਹਿਲੀ ਵਾਰ ਕਦੋਂ ਛਪਿਆ ਰਾਣੀ ਕੋਕਲਾ ਜਿਹੜਾ ਕਿ ਐਮ ਵਿੱਚ ਵੀ ਲੱਗਿਆ ਹੋਇਆ ਸੀ ਮੈਨੂੰ ਲੱਗਿਆ ਸੀ ਆਈ ਥਿੰਕ ਹਾਂ ਲੱਗਿਆ ਸੀ ਤਾਂ ਉਹ ਦੱਸਣਾ ਤੁਸੀਂ ਜਿਹੜਾ ਕਿ ਕਪੂਰ ਸਿੰਘ ਘੁੰਮਣ ਦਾ ਨਾਟਕ ਹੈ ਕਪੂਰ ਸਿੰਘ ਘੁੰਮਣ ਨੇ ਜਿਹੜਾ ਉਹ 18 ਤਾਂ ਪੂਰੇ ਨਾਟਕ ਲਿਖੇ ਨੇ ਠੀਕ ਹੈ ਜੀ 18 ਪੂਰੇ ਨਾਟਕ ਲਿਖੇ ਨੇ ਤੇ ਨਾਲ ਦੀ ਨਾਲ 5 ਦਰਜਨ ਤੋਂ ਵੀ ਵੱਧ ਜਿਹੜੇ ਐ ਉਹ ਇਕਾਂਗੀ ਸੰਗ੍ਰਹਿ ਦਿੱਤੇ ਨੇ ਪੰਜ ਦਰਜਨ ਤੋਂ ਵੱਧ ਇਕਾਂਗੀ ਸੰਗ੍ਰਹਿ ਤਾਂ ਇਹਨਾਂ ਦੀ ਜਿਹੜੀ ਆ ਉਹ ਪੰਜਾਬੀ ਸਾਹਿਤ ਵਿੱਚ ਜਿਹੜਾ ਉਹ ਬਹੁਤ ਵੱਡਾ ਯੋਗਦਾਨ ਰਿਹਾ ਖਾਸ ਕਰਕੇ ਜਦੋਂ ਆਪਾਂ ਪੜਦੇ ਆ ਇਹਨਾਂ ਦੇ ਬਾਰੇ ਜਿਹੜੇ ਨਾਟਕ ਦੇ ਨਾਟਕ ਵਿਧਿਆ ਜਿਹੜੀ ਉਹਦੇ ਵਿੱਚ ਠੀਕ ਹੈ ਬਿਲਕੁਲ ਤਾਂ 1981 ਵਿੱਚ ਰਾਣੀ ਕੋਕਿੱਲਾ ਜਿਹੜਾ ਉਹ ਇਹਨਾਂ ਦਾ ਨਾਟਕ ਉਹ ਛਪਿਆ ਸੀ 82 ਵਿੱਚ ਰੋਡਾ ਜਲਾਲੀ ਵੀ ਆਉਂਦਾ ਇਹਨਾਂ ਦਾ ਠੀਕ ਹੈ 82 ਵਿੱਚ ਕੀ ਹੈ ਰੋਡਾ ਜਲਾਲੀ ਆ ਵੀ ਨਾਟਕ ਇਹਨਾਂ ਦਾ ਹੀ ਹੈ ਜਿਹੜਾ ਕਿ ਇੰਪੋਰਟੈਂਟ ਰਹੇਗਾ ਠੀਕ ਹੈ ਰੋਡਾ ਜਲਾਲੀ ਤਾਂ ਅਗਲਾ ਪ੍ਰਸ਼ਨ ਹੈ ਛੇ ਧਰਤੀ ਸੱਤ ਦੁਆਰ ਦੀ ਵਿਦਾਦਸਨੀ ਹੈ ਜਿਹੜੀ ਕਿ ਆਪਾਂ ਅਨੁਵਾਦਿਤ ਇਹਨਾਂ ਦੇ ਮੰਨਦੇ ਆ ਠੀਕ ਹੈ ਰਚਨਾ ਅਨੁਵਾਦਿਤ ਰਚਨਾ ਹੈਗੀ ਹੈ 6 ਦਰ ਤੇ 7 ਦਵਾਰ ਹਾਂਜੀ ਨਾਟਕ ਹੈ ਇਕਾਂਗੀ ਹੈ ਨਾਵਲ ਹੈ ਜਾਂ ਫਿਰ ਕਹਾਣੀ ਹੈ ਉਹ ਤੁਸੀਂ ਦੱਸਣਾ 6 ਦਰ ਤੇ 7 ਦਵਾਰ ਓਕੇ ਬੀ ਆਪਸ਼ਨ ਕੀਤਾ ਜਾ ਰਿਹਾ ਥੋੜੇ ਵੱਲੋਂ ਧਿਆਨ ਨਾਲ ਦੇਖ ਲਓ ਵੀ ਸਹੀ ਆਪਸ਼ਨ ਜਿਹੜਾ ਹੋਏਗਾ ਇੱਥੇ ਤਾਂ ਅਨੁਵਾਦਿਤ ਇਕਾਂਗੀ ਸੰਗ੍ਰਹਿ ਰਹਿਣਗੇ ਬਿਲਕੁਲ ਜੀ ਇੱਥੇ ਬੀ ਆਪਸ਼ਨ ਆਏਗਾ ਆਪਣੇ ਕੋਲ ਅਗਲਾ ਪ੍ਰਸ਼ਨ ਹੈ ਕੁੰਭਨ ਦਾ ਜਨਮ ਕਿੱਥੇ ਹੋਇਆ ਜਨਮ ਜਿਹੜਾ ਹੈ ਸੌਰੀ ਦੁਲਿਤਚੀ ਕੇ ਹੋਇਆ ਸੀ ਦੁਲਿਤਚੀ ਕੇ ਠੀਕ ਹੈ ਤੇ ਪੈਂਦਾ ਕਿੱਥੇ ਆ ਛਾਲਕੋਟ ਚ ਪੈਂਦਾ ਛਾਲਕੋਟ ਤਾਂ ਛਾਲਕੋਟ ਕਿੱਥੇ ਹੈਗਾ ਜੇਕਰ ਤੁਹਾਨੂੰ ਪੁੱਛਿਆ ਜਾਵੇ ਤਾਂ ਉਹ ਆਪਣਾ ਰਹੇਗਾ ਪੱਛਮੀ ਪੰਜਾਬ ਵਿੱਚ ਤਾਂ ਪੂਰਬੀ ਪੰਜਾਬ ਕਿਹੜਾ ਆਪਣੇ ਵਾਲਾ ਜਿਹੜਾ ਆਪਾਂ ਹੁਣ ਰਹਿ ਰਹੇ ਆ ਪੂਰਬੀ ਪੰਜਾਬ ਕਿਹਾ ਜਾਂਦਾ ਉਹਨੂੰ ਤੇ ਪਛਮੀ ਜਾਂ ਫਿਰ ਲਹਿੰਦਾ ਪੰਜਾਬ ਕਿਹਾ ਜਾਂਦਾ ਪਾਕਿਸਤਾਨ ਤੇ ਇਹਨਾਂ ਦਾ ਜਨਮ ਕਿੱਥੇ ਹੋਇਆ ਸੀ ਪਾਕਿਸਤਾਨ ਦੀ ਧਰਤੀ ਤੇ ਹੋਇਆ ਸੀ ਜਿਹੜਾ ਕਿ ਸ਼ਾਲਕੋਟ ਵਿੱਚ ਪੈਂਦਾ ਅਗਲਾ ਪ੍ਰਸ਼ਨ ਹੈ ਘੁੰਮਣ ਦੀ ਅਨਵਾਦਿਤ ਰਚਨਾ ਇਹਨਾਂ ਵਿੱਚੋਂ ਕਿਹੜੀ ਹੈ ਇੱਕ ਤਾਂ ਆਪਾਂ ਪਿੱਛੇ ਜਿਹੜੇ ਕਰਕੇ ਆਏ ਆ 6 ਦਰ ਤੇ 7 ਦੁਆਰ ਉਹ ਵੀ ਅਨਵਾਦਿਤ ਹੈ ਤੇ ਇਹਨਾਂ ਵਿੱਚੋਂ ਇੱਕ ਇੱਕ ਉਹਨਾਂ ਦੀ ਰਚਨਾ ਹੈਗੀ ਹੈ ਜਿਹੜੀ ਕਿ ਅਨਵਾਦਿਤ ਮਿਲਦੀ ਆਪਾਂ ਨੂੰ ਕੱਚ ਦੇ ਗਜਰੇ ਮਨ ਅੰਤਰ ਕੀ ਪੀੜ ਐਸ ਪਾਰ ਉਸ ਪਾਰ ਟੈਗੋਰ ਡਰਾਮਾ ਹਾਂਜੀ ਦੱਸੋ ਵੀ ਸਹੀ ਆਪਸ਼ਨ ਕੱਚ ਦੀ ਗਜਰੀ ਇੰਪੋਰਟੈਂਟ ਰਵੇਗਾ ਨਾਟਕ ਇਹਨਾਂ ਦਾ ਠੀਕ ਹੈ ਨਾਟਕ ਆਵਲਾ 1962 ਵਿੱਚ ਆਇਆ ਸੌਰੀ 69 ਚ ਆਇਆ ਹਾਂ ਤਾਂ ਓਕੇ ਜੀ ਤੇ ਜਦੋਂ ਆਪਾਂ ਗੱਲ ਕਰਦੇ ਹਾਂ ਇਸ ਪਾਰ ਉਸ ਪਾਰ ਤੇ ਉਹ ਵੀ ਇਹਨਾਂ ਦੀ ਇਕਾਂਗੀ ਹੈਗੀ ਐ ਇੰਪੋਰਟੈਂਟ ਰਵੇਗੀ 1968 ਵਿੱਚ ਇਸ ਦਾ ਜਿਹੜਾ ਉਹ ਛਪਿਆ ਸੀ ਤੇ ਟੈਗੋਰ ਡਰਾਮਾ ਦੀ ਗੱਲ ਕੀਤੀ ਜਾਵੇ ਤਾਂ ਬਿਲਕੁਲ ਡੀ ਆਪਸ਼ਨ ਜਿਨ੍ਹਾਂ ਨੇ ਆਨਸਰ ਕੀਤਾ ਵੈਰੀ ਗੁੱਡ ਤਾਂ ਇਹਨਾਂ ਦੀ ਅਨੁਵਾਦਿਤ ਰਚਨਾ ਰਹੇਗੀ ਟੈਗੋਰ ਡਰਾਮਾ ਜਿਹੜਾ ਕਿ 1962 ਵਿੱਚ ਆਉਂਦਾ ਹੈ ਤਾਂ ਮੋਸਟ ਇੰਪੋਰਟੈਂਟ ਰਚਨਾ ਰਹੇਗੀ ਜਿਹੜੀ ਕਿ ਅਨੁਵਾਦਿਤ ਵੀ ਹੈਗੀ ਹੈ ਜਿਸ ਦੇ ਬਾਰੇ ਸਵਾਲ ਥੋੜੇ ਤੋਂ ਪੁੱਛਿਆ ਜਾਏਗਾ ਮੂਖ ਸੰਸਾਰ ਦੀ ਵਿਦਾਦਸਨੀ ਹੈ ਤੁਸੀਂ ਮੂਖ ਸੰਸਾਰ ਨਾਟਕ ਹੈ ਨਾਵਲ ਹੈ ਕਹਾਣੀ ਹੈ ਜਾਂ ਫਿਰ ਇਕਾਂਗੀ ਹੈ ਤਾਂ ਇਹਨਾਂ ਦੇ ਆਪਾਂ ਨੂੰ ਇਕਾਂਗੀ ਕਵਤਾਵਾਂ ਤੇ ਨਾਟਕ ਮਿਲ ਜਾਂਦੇ ਨੇ ਜਿਹੜੇ ਕਿ ਇੰਪੋਰਟੈਂਟ ਹੈਗੇ ਆ ਤਾਂ ਇੱਥੇ ਆਪਸ਼ਨ ਸਹੀ ਕਿਹੜਾ ਰਹੇਗਾ ਮੂਖ ਸੰਸਾਰ ਦਾ ਸਨ ਪੁੱਛਿਆ ਜਾਵੇ ਤਾਂ 1977 ਰਹੇਗਾ ਠੀਕ ਹੈ ਜੀ ਨਾਟਕ ਹੈ ਨਾਵਲ ਹੈ ਕਹਾਣੀ ਹੈ ਇਕਾਂਗੀ ਹੈ ਰਮਨਦੀਪ कौर ਕਮਲਾਦੇਵੀ ਸੁਖਵੀਰ ਸੰਧੂ ਮਨਜੀਤ ਕੁਮਾਰ ਏ ਆਪਸ਼ਨ ਕੀਤਾ ਜਾ ਰਿਹਾ ਤੁਹਾਡੇ ਵੱਲੋਂ ਵੈਰੀ ਗੁੱਡ ਬਿਲਕੁਲ ਇਹ ਹੀ ਰਹੇਗਾ ਨਾਟਕ ਹੈ ਠੀਕ ਹੈ ਅਗਲਾ ਪ੍ਰਸ਼ਨ ਮੂਖ ਸੰਸਾਰ ਵਿੱਚ ਪਾਤਰ ਕਿਹੜੇ ਕਿਹੜੇ ਨੇ ਪ੍ਰਸ਼ਨ ਤੁਹਾਨੂੰ ਜ਼ਰੂਰ ਆਏਗਾ ਤੇ ਪਾਤਰ ਜ਼ਰੂਰ ਯਾਦ ਕਰ ਲੈਣੇ ਨੇ ਹੁਣ ਘੁੰਮਣ ਨੇ ਲਗਭਗ ਕਿੰਨੇ ਨਾਟਕਾਂ ਦੇ ਪ੍ਰਦਰਸ਼ਨ ਜਿਹੜੇ ਆ ਉਹ ਵੇਖੇ ਸੀਗੇ ਪਰ ਜਦੋਂ ਆਪਾਂ ਕਪੂਰ ਸਿੰਘ ਘੁੰਮਣ ਦੀ ਗੱਲ ਕਰਦੇ ਆਂ ਤੇ ਕਪੂਰ ਸਿੰਘ ਘੁੰਮਣ ਸਭ ਤੋਂ ਵੱਧ ਇਕਾਂਗੀਆਂ ਲਿਖਣ ਵਾਲੇ ਵੀ ਹੈਗੇ ਆ ਤੇ ਨਾਲ ਦੇ ਨਾਲ ਸਭ ਤੋਂ ਵੱਧ ਜਿਹੜੇ ਆ ਉਹ ਮਿਲਣਗੇ ਆਪਾਂ ਨੂੰ ਇਹਨਾਂ ਦੇ ਨਾਟਕ ਜਿਹੜੇ ਕੀ ਖੇਡੇ ਹੋਏ ਨੇ ਤਾਂ ਕਪੂਰ ਸਿੰਘ ਘੁੰਮਣ ਇੰਪੋਰਟੈਂਟ ਹੈਗੇ ਆ ਹਾਂਜੀ ਇੱਥੇ ਓਕੇ ਤਾਂ ਇੱਥੇ ਸੀ ਆਪਸ਼ਨ ਆਏਗਾ ਆਪਣੇ ਕੋਲ 3000 ਰਹੇਗਾ ਇਸ ਕੁਸ਼ਣ ਦਾ ਆਨਸਰ ਦਨ ਹਜ਼ਾਰ ਜਿਹੜੇ ਲਗਭਗ ਜਿਹੜੇ ਉਹ ਨਾਟਕਾਂ ਦੇ ਪ੍ਰਦਰਸ਼ਨ ਵੇਖੀ ਸੀ ਤੇ ਇਹਨਾਂ ਨੂੰ ਆਪਾਂ ਇੱਕ ਪ੍ਰਯੋਗਸ਼ੀਲ ਜਿਹੜਾ ਉਹ ਕਵਾਂਗੇ ਨਾਟਕਕਾਰ ਠੀਕ ਹੈ ਅਲੱਗ-ਅਲੱਗ ਪ੍ਰਯੋਗ ਕੀਤੇ ਇਹਨਾਂ ਨੇ ਬਹੁਤ ਇਹਨਾਂ ਦੇ ਅਲੱਗ-ਅਲੱਗ ਆਪਾਂ ਨੂੰ ਨਾਟਕ ਮਿਲਦੇ ਨਹੀਂ ਤੇ ਅਲੱਗ-ਅਲੱਗ ਹੀ ਅ ਪ੍ਰਯੋਗ ਕੀਤੇ ਕਵੀ ਅਤੇ ਕਵਿਤਾ ਵਿਦਾਦਸਨੀ 1962 ਵਿੱਚ ਹੀ ਆਉਂਦਾ ਆਵੀ ਠੀਕ ਹੈ 62 ਵਿੱਚ ਆਂਦਾ ਹੈ ਕਵੀ ਅਤੇ ਕਵਤਾ ਹੁਣ ਇਸ ਦਾ ਤੁਸੀਂ ਦੱਸਣਾ ਹੈ ਕਿ ਵਿਦਾ ਕਿਹੜੀ ਹੈ ਕਹਾਣੀ ਸੰਗ੍ਰਹਿ ਇਕਾਂਗੀ ਹੈ ਨਾਟਕ ਹੈ ਜਾਂ ਫਿਰ ਨਾਵਲ ਹਾਂਜੀ ਕਵੀ ਅਤੇ ਕਵਤਾ ਵੈਰੀ ਗੁੱਡ ਬਿਲਕੁਲ ਜੀ ਇੱਥੇ ਆਪਣੀ ਕੋਲ ਕਵੀ ਅਤੇ ਕਵਤਾ ਇਕਾਂਗੀ ਸੰਗ੍ਰਹਿ ਰਹੇਗਾ ਓਕੇ ਤਾਂ ਇੱਥੇ ਸੀ ਆਪਸ ਤੁਹਾਡਾ ਬੀ ਆਪਸ਼ਨ ਆ ਜਾਏਗਾ ਇਕਾਂਗੀ ਸੰਗ੍ਰਹਿ ਹੈਗੀ ਹੈ ਜਿਹੜੇ ਕਿ 1962 ਈਸਵੀ ਵਿੱਚ ਇਸ ਦਾ ਆਪਾਂ ਨੂੰ ਪ੍ਰਕਾਸ਼ਨ ਸਾਲ ਮਿਲਦਾ ਅਗਲਾ ਪ੍ਰਸ਼ਨ ਹੈ ਜੌਂਦੀ ਲਾਸ਼ ਵਿੱਚ ਕਿਸ ਸਮੇਂ ਦੀ ਝਾਂਕੀ ਜਿਹੜੀ ਆ ਉਹ ਪੇਸ਼ ਕੀਤੀ ਗਈ ਹੈ ਜੌਂਦੀ ਲਾਸ਼ ਇੰਪੋਰਟੈਂਟ ਕੁਐਸਚਨ ਹੈ ਤਾਂ ਇਸ ਕੁਐਸਚਨ ਦਾ ਆਨਸਰ ਕਰ ਦੇਣਾ ਜੌਂਦੀ ਲਾਸ਼ 1960 ਵਿੱਚ ਆਉਂਦਾ ਆਈ ਥਿੰਕ ਤਾਂ ਇਸ ਦਾ ਤੁਸੀਂ ਵਿਸ਼ਾ ਦੱਸਣਾ ਹਾਂਜੀ ਵਿਸ਼ਾ ਦੱਸਣਾ ਫਿਰਕੂ ਭਸਾਦ ਸੀਗੀ ਦੇਸ਼ਵੰਡ ਨਾਲ ਸੰਬੰਧਿਤ ਹੈਗੀ ਆ ਰਾਜਨੀਤਿਕ ਹਾਲਾਤ ਹੈ ਜਾਂ ਫਿਰ ਉਪਰੋਕਤ ਸਾਰੇ ਰਹਿਣਗੇ ਤਾਂ ਜ਼ਿਆਦਾਤਰ ਆਪਣੇ ਕੋਲ ਜਿਹੜੇ ਡੀ ਆਪਸ਼ਨ ਵਾਲੇ ਹੁੰਦੇ ਹਨ ਜਿਵੇਂ ਅੱਜ ਮੈਂ ਹੱਥ ਤੇ ਸਕੋਰ ਆਈ ਥਿੰਕ ਅੱਜ ਆਪਣੀ ਕਲਾਸ ਨਹੀਂ ਵਾਚ ਕਰ ਰਹੇ ਹੋ ਤੇਰਾ ਮਨਦੀਪ ਕੌਰ ਹਨਾ ਡੀ ਆਪਸ਼ਨ ਲਉਣਾ ਹੀ ਹੈ ਤੁਸੀਂ ਬਟ ਅੱਜ ਵੀ ਲਾਇਆ ਹਾਂਜੀ ਡੀ ਕਿਉਂ ਨਹੀਂ ਕੀਤਾ ਵੀ ਅੱਜ ਤਾਂ ਇਸ ਕੁਐਸਚਨ ਦਾ ਆਨਸਰ ਬਿਲਕੁਲ ਵੀ ਆ ਜਾਏਗਾ ਓਕੇ ਜੀ ਦੇਸ਼ਵੰਡਨਾ ਸਬੰਧਿਤ ਹੈ ਜੌਂਦੀ ਲਾਸ਼ ਇੰਪੋਰਟੈਂਟ ਕੁਐਸਚਨ ਹੈ ਅਗਲਾ ਪ੍ਰਸ਼ਨ ਹੈ ਉਧਾਲੀ ਕੁੜੀ ਦੀ ਵਿਦਾ ਕੀ ਹੈ ਉਧਾਲੀ ਕੁੜੀ ਬਹੁਤ ਇੰਪੋਰਟੈਂਟ ਹੈ ਐਸ ਨਾਲ ਸੰਬੰਧਿਤ ਬਹੁਤ سارے ਕੁਸ਼ਨ ਬੰਦੇ ਨੇ ਉਧਾਲੀ ਕੁੜੀ ਦੀ ਵਿਦਾ ਦੱਸਣੀ ਹੈ ਸਭ ਤੋਂ ਪਹਿਲਾਂ ਉਸ ਤੋਂ ਬਾਅਦ ਇਸ ਦਾ ਵਿਸ਼ਾ ਇਹ ਉਹ ਨਾ ਉਹ ਚੀਜ਼ਾਂ ਆਪਾਂ ਬਾਅਦ ਵਿੱਚ ਕਰਦੇ ਆਂ ਅੱਗੇ ਪ੍ਰਸ਼ਨ ਪੜਨਗੇ ਇਹਦੇ ਨਾਲ ਤਾਂ ਉਧਾਲੀ ਕੁੜੀ ਦੀ ਵਿਦਾ ਦੱਸੋ ਏ ਹਾਂਜੀ ਤਾਂ ਇੱਥੇ ਬਿਲਕੁਲ ਉਧਾਲੀ ਕੁੜੀ ਕੀ ਹੈ ਇਕੰਗੀ ਹੈਗੀ ਹੈ ਠੀਕ ਹੈ ਤੇ ਇੰਪੋਰਟੈਂਟ ਹੈ ਇਦੇ ਵਿੱਚ ਅਗਲਾ ਪ੍ਰਸ਼ਨ ਹੈ ਪਾਗਲ ਲੋਕ ਦਾ ਦੂਜਾ ਨਾਮ ਕੀ ਆ ਪਾਗਲ ਲੋਕ ਜਿਸ ਦੇ ਉੱਤੇ ਇਹਨਾਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲਿਆ ਹੋਇਆ ਠੀਕ ਹੈ ਜੀ ਤਾਂ ਜਿਹੜਾ ਕਿ 1982 ਵਿੱਚ ਸਾਰ 81 ਵਿੱਚ ਆਉਂਦਾ ਠੀਕ ਹੈ ਪਾਗਲ ਲੋਕ ਨਹੀਂ 82 ਹੈਗਾ ਹੈ ਨਾ 1982 ਹੈ ਪਾਗਲ ਲੋਕ ਬਿਲਕੁਲ 82 ਹੈਗਾ ਵੀ ਮੈਂ ਥੋੜਾ ਕਨਫਿਊਜ਼ ਹੋ ਗਿਆ ਸੀ ਹਾਂਜੀ ਪਾਗਲ ਲੋਕ ਦਾ ਦੂਸਰਾ ਨਾਮ ਐਸਟੀਐਨ ਮਤਲਬ ਲਿਖਿਆ ਇਹਨਾਂ ਨੇ 1982 ਪ੍ਰਕਾਸ਼ਿਤ ਕੀਤਾ ਸੀ ਪਰੰਤੂ ਅਵਾਰਡ 1984 ਵਿੱਚ ਮਿਲਿਆ ਠੀਕ ਹੈ ਤੇ 1985 ਈਸਵੀ ਵਿੱਚ ਜਿਹੜਾ ਉਹ ਇਹਨਾਂ ਦੀ ਮੌਤ ਹੋ ਗਈ ਸੀ 1985 ਵਿੱਚ ਤੇ ਵਿਸ਼ਵ ਸਾਹਿਤਕਾਰ ਦਾ ਅਵਾਰਡ ਜਿਹੜਾ ਉਹ ਇਹਨਾਂ ਨੂੰ ਮਿਲਿਆ ਸੀ ਵਿਸ਼ਵ ਕਿੱਧਰ ਗਿਆ ਭਈ ਸਾਹਿਤਕਾਰ ਦਾ ਅਵਾਰਡ ਇਹਨਾਂ ਨੂੰ ਮਿਲਿਆ ਸੀ ਜਿਹੜਾ ਕਿ ਕਨੇਡਾ ਦਾ ਜਿਹੜਾ ਨਾਟਕ ਸੰਗ ਹੈ ਉਹਨਾਂ ਵੱਲੋਂ ਜਿਹੜਾ 1985 ਵਿੱਚ ਮਿਲਿਆ ਠੀਕ ਹੈ ਇੱਥੇ ਹੀ ਇਹਨਾਂ ਦੀ ਮੌਤ ਹੋਈ ਹੈ 85 ਵਿੱਚ ਹੀ ਹਾਂਜੀ ਮੌਤ ਕਦੋਂ ਹੋਈ ਹੈ ਪੁੱਛਿਆ ਜਾਵੇ ਤਾਂ 1985 ਰਹੇਗੀ ਜੇਕਰ ਪੁੱਛਿਆ ਜਾਵੇ ਇਹਨਾਂ ਨੂੰ ਜਿਹੜਾ ਉਹ ਕਨੇਡਾ ਨਾਟਕ ਸੰਗ ਵੱਲੋਂ ਅਵਾਰਡ ਕਦੋਂ ਮਿਲਿਆ ਹੈ ਸਨਮਾਨਿਤ ਕਦੋਂ ਕੀਤਾ ਗਿਆ ਜਿਹੜਾ ਕਿ ਇੱਕ ਵਿਸ਼ਵ ਸਾਹਿਤਕਾਰ ਦੇ ਤੌਰ ਤੇ ਅਵਾਰਡ ਜਿਹੜਾ ਇਹਨਾਂ ਨੂੰ ਮਿਲਿਆ ਸੀ ਉਹ ਵੀ 85 ਵਿੱਚ ਹੀ ਮਿਲਿਆ ਤਾਂ ਸਾਹਿਤ ਅਕਾਦਮੀ ਅਵਾਰਡ ਦਾ ਪੁੱਛਿਆ ਜਾਵੇ ਕਦੋਂ ਮਿਲਿਆ ਤਾਂ ਉਹ ਇਹਨਾਂ ਨੂੰ ਮਿਲਿਆ 1984 ਈਸਵੀ ਵਿੱਚ ਇੱਕ ਇਹਨਾਂ ਨੂੰ ਅਵਾਰਡ ਹੋਰ ਵੀ ਮਿਲਿਆ ਹੋਇਆ ਤਾਂ ਉਸ ਦਾ ਨਾਮ ਵੀ ਤੁਸੀਂ ਦੱਸ ਦੇਣਾ ਤੇ ਕਿਹੜੇ ਸੰਗ੍ਰਹਿ ਤੇ ਮਿਲਿਆ ਨਾਉ ਨਾਟਕ ਸੰਗ੍ਰਹਿ ਜਾਂ ਨਾਟਕ ਤੇ ਮਿਲਿਆ ਠੀਕ ਹੈ ਉਹ ਵੀ ਆਏਗਾ ਇੱਥੇ ਏ ਆਪਸ਼ਨ ਰਹੇਗਾ ਪ੍ਰਸਥਾਪਨ ਇਸ ਕੁਸ਼ਨ ਦਾ ਆਨਸਰ ਮੂਖ ਸੰਸਾਰ ਆਪਾਂ ਪਹਿਲਾਂ ਵੀ ਕਰ ਚੁੱਕਿਆ 1900 ਜਿਹੜਾ ਉਹ 77 ਵਿੱਚ ਰਹੇਗਾ ਵਿਸਮਾਦਨਾਦ ਤੇ ਅਤੀਤ ਦੇ ਪਰਛਾਵੇਂ ਦੋਵੇਂ ਹੀ ਆਪਾਂ ਨੂੰ 1969 ਵਿੱਚ ਮਿਲਣਗੇ ਠੀਕ ਹੈ ਇਹਨਾਂ ਦੋਨਾਂ ਦਾ ਜਿਹੜਾ ਪ੍ਰਕਾਸ਼ਨ ਸਾਲ ਰਹੇਗਾ 69 ਅਤੀਤ ਦੇ ਪਰਛਾਵੇਂ ਤਾਂ ਦੂਸਰਾ ਜਿਹੜਾ ਅਵਾਰਡ ਹੈ ਇਹਨਾਂ ਨੂੰ ਮਿਲਿਆ ਹੋਇਆ ਤਾਂ ਉਹ ਅਤੀਤ ਦੇ ਪਰਛਾਵੇਂ ਤੇ ਮਿਲਿਆ ਅਗਲਾ ਪ੍ਰਸ਼ਨ ਹੈ ਰੱਬ ਦੇ ਰੰਗ ਕੀ ਹੈ ਰੱਬ ਦੇ ਰੰਗ ਆਪਾਂ ਪਹਿਲਾਂ ਵੀ ਐਸ ਕੁਐਸ਼ਨ ਨੂੰ ਕਰ ਚੁੱਕੇ ਹਾਂ ਹਾਂਜੀ ਰੱਬ ਦੇ ਰੰਗ ਇਕਾਂਗੀ ਸੰਗ੍ਰਹਿ ਹੈਗਾ ਕਹਾਣੀ ਹੈ ਨਾਟਕ ਹੈ ਜਾਂ ਫਿਰ ਨਾਵਲ ਜਦੋਂ ਆਪਾਂ ਇਸ ਦਾ ਸਥਾਨ ਦੇਖਦੇ ਹਾਂ ਉਸ ਦੇ ਅਕੋਰਡਿੰਗ ਤਾਂ ਪਹਿਲਾ ਬੰਦ ਹੈ ਬਟ ਐਸ ਨੂੰ ਪਹਿਲਾ ਨਹੀਂ ਮੰਨਿਆ ਜਾਂਦਾ ਬਲਕਿ 55 ਆਏਗਾ ਸੌਰੀ ਠੀਕ ਹੈ ਬਟ ਐਸ ਨੂੰ ਜਿਹੜਾ ਉਹ ਰੱਬ ਦੇ ਰੰਗ ਨੂੰ ਦੂਸਰਾ ਮੰਨਿਆ ਜਾਂਦਾ ਹੈ ਠੀਕ ਹੈ ਹਾਂਜੀ ਬਿਲਕੁਲ ਜੀ ਅਤੀਤ ਦੇ ਪਰਛਾਵੇਂ ਵੈਸੇ ਉਹ ਉੱਥੇ ਇੱਕ ਕਨਫਿਊਜ਼ਨ ਹੈਗੀ ਹੈ ਕਿਉਂਕਿ ਮੈਂ ਕਈ ਕਿਤਾਬਾਂ ਚ ਦੇਖਿਆ ਉਸ ਦਾ ਪ੍ਰਕਾਸ਼ਨ ਸਾਲ ਹੈ 69 ਹੈਗਾ ਜਿਹੜਾ ਆਪਣੇ ਕੋਲ ਅਤੀਤ ਦੇ ਪਰਛਾਵੇਂ ਹੈਗਾ ਬਟ ਉਸ ਤੇ ਅਵਾਰਡ ਇਹਨਾਂ ਨੂੰ ਪਹਿਲਾਂ 67 ਮਿਲਦਾ ਨਾ ਤੇ ਉਹ ਇੱਕ ਕਨਫਿਊਜ਼ਨ ਹੈਗੀ ਹੈ ਉਹ ਮੈਂ ਤੁਹਾਨੂੰ ਫੇਰ ਦੱਸਦੀ ਹਾਂ ਤੇ ਇੱਥੇ ਇੱਕ ਆਂਗੀ ਸੰਗ੍ਰਹਿ ਅਗਲਾ ਪ੍ਰਸ਼ਨ ਹੈ ਸਭ ਤੋਂ ਵੱਧ ਇਕਾਂਗੀ ਕਿਸ ਨੇ ਲਿਖੀ ਸਭ ਤੋਂ ਵੱਧ ਇਕਾਂਗੀ ਕਿਸ ਨੇ ਲਿਖੀ ਹਾਂਜੀ ਹਰਚਰਨ ਸਿੰਘ ਨੇ ਗੁਰਚਰਨ ਸਿੰਘ ਨੇ ਗੁਰਸ਼ਰਨ ਸਿੰਘ ਨੇ ਜਾਂਪੀਰ ਐਨਾ ਵਿੱਚੋਂ ਕੋਈ ਨਹੀਂ ਆਪਸ਼ਨ ਸਹੀ ਦੇਖ ਲਓ ਵੀ ਕਿਹੜਾ ਹੋਏਗਾ ਸਭ ਤੋਂ ਵੱਧ ਇਕਾਂਗੀਆਂ ਹਾਂਜੀ ਸਭ ਤੋਂ ਵੱਧ ਇਕਾਂਗੀਆਂ ਲਿਖੀਆਂ ਸੀ ਹਰਚਰਨ ਸਿੰਘ ਡਾਕਟਰ ਹਰਚਰਨ ਸਿੰਘ ਜਿਹੜੇ ਕਿ ਆਪਣੇ ਮਾਸਟਰ ਗ੍ਰੈਜੂਏਟ ਦੇ ਸਿਲੇਬਸ ਵਿੱਚ ਵੀ ਲੱਗੇ ਹੋਏ ਐ ਇਹਨਾਂ ਨੂੰ ਆਪਾਂ ਪੜ੍ਹਨਾ ਇਹਨਾਂ ਦੇ ਇਕਾਂਗੀ ਤੇ ਨਾਟਕ ਇਹਨਾਂ ਦੇ ਨਾਟਕ ਵੀ ਆਪਾਂ ਨੂੰ ਬਹੁਤ ਸਾਰੇ ਮਿਲ ਜਾਂਦੇ ਆ ਹਰਪ੍ਰੀਤ ਕੌਰ ਜੀ ਅਸੀਂ ਮੈਸ ਹੀ ਕਰ ਰਹੀ ਸੀ ਤੁਹਾਨੂੰ ਸਤਿ ਸ਼੍ਰੀ ਅਕਾਲ ਜੀ ਹਾਂਜੀ ਅਗਲਾ ਪ੍ਰਸ਼ਨ ਹੈ 6 ਦਰ ਤੇ 7 ਦਵਾਰ ਦੀ ਵਿਦਾ ਆਪਾਂ ਪਹਿਲਾਂ ਕਰ ਚੁੱਕੇ ਹਾਂ ਦੁਬਾਰਾ ਆ ਗਿਆ ਕੁਐਸਚਨ ਬਟ ਕੋਈ ਨਾ ਪੂਨਮ ਕਿਸ ਨਾਟਕ ਦੀ ਪਾਤਰ ਹੈ ਹਾਂਜੀ ਪੂਨਮ ਜਿਹੜੀ ਆ ਉਹ ਕਿਸ ਨਾਟਕ ਦੀ ਪਾਤਰ ਹੈਗੀ ਆ ਅਨਸਰ ਕਰ ਦੋ ਗਲਤ ਕੀਮਤਾ 1958 ਪੰਜਾਬ 1961 ਕੱਚ ਦੇ ਗਜਰੇ ਜਿਹੜਾ ਕਿ ਇਹਨਾਂ ਦਾ ਹੁੰਦਾ 1969 ਵਿੱਚ ਤੇ ਮੁਖ ਸੰਸਾ 77 ਇਸ ਦੀ ਬਾਰ ਬਾਰ ਮੈਂ ਤੁਹਾਨੂੰ ਮਤਲਬ ਐਦਾ ਸਾਲ ਨਾ ਦੱਸਾਂ ਹਨਾ ਕਿ ਇੱਕ ਵਾਰ ਦੱਸ ਹੀ ਦਿੱਤਾ ਨੋਟ ਤੁਸੀਂ ਕਰ ਹੀ ਲਿਆ ਹੋਣਾ ਤਾਂ ਇੱਥੇ ਪੂਨਮ ਦੱਸਣਾ ਸੀ ਕਿਹੜੀ ਨਾਟਕ ਦੀ ਪਾਤਰ ਹੈ ਕਿਹੜਾ ਨਾਟਕ ਹੈ ਤਾਂ ਡੀ ਆਪਸ਼ਨ ਵੈਰੀ ਗੁੱਡ ਦੀ ਆਜੇਗਾ ਮੂਖ ਸੰਸਾਰ ਆਏਗਾ ਇਸ ਕੁਸ਼ਨ ਦਾ ਅਗਲਾ ਪ੍ਰਸ਼ਨ ਹੈ ਕਪੂਰ ਸਿੰਘ ਦੀਆਂ ਇਕਾਂਗੀਆਂ ਹਨ ਸਮਾਜਿਕ ਪ੍ਰਯੋਗਵਾਦੀ ਮਨੋਵਿਗਿਆਨਕ ਜਾਂ ਫਿਰ ਸਾਰੇ ਓਕੇ ਜੀ ਓਕੇ ਹਰਪ੍ਰੀਤ ਕੌਰ ਮੂਖ ਸੰਸਾਰ ਜਿਹੜੀ ਇਕਾਂਗੀ ਹੈਗੀ ਆ ਉਹ ਜਾਂ ਫਿਰ ਉਹ ਇਕਾਂਗੀ ਨਹੀਂ ਉਹ ਤਾਂ ਨਾਟਕ ਹੈ ਸੋਰੀ ਜਿਹੜੇ ਕਪੂਰ ਸਿੰਘ ਘੁੰਮਣ ਹੈਗੇ ਆ ਉਹਨਾਂ ਦੀਆਂ ਜਿੰਨੀਆਂ ਵੀ ਇਕਾਂਗੀਆਂ ਨੇ ਉਹਨਾਂ ਦਾ ਤੁਸੀਂ ਦੱਸਣਾ ਹਾਂਜੀ ਡੀ ਆ ਗਿਆ ਹਾਂ ਬਿਲਕੁਲ ਇਸ ਦਾ ਤਾਂ ਸਾਰਿਆਂ ਨੂੰ ਹੀ ਡੀਲ ਲਾਉਣਾ ਪਏਗਾ ਕਿਉਂਕਿ ਇਹਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਇਹਨਾਂ ਦੇ ਜਿਹੜੇ ਕੰਗੇ ਆ ਉਹ ਆਪਾਂ ਨੂੰ ਸਮਾਜਿਕ ਮਿਲਦੇ ਨੇ ਉਸ ਤੋਂ ਬਾਅਦ ਪ੍ਰਯੋਗਸ਼ੀਲ ਕਵੀ ਨਾਟਕਕਾਰ ਹੈਗੇ ਆਪਣੇ ਕੋਲ ਕਬੂਰ ਸਿੰਘ ਘੁੰਮਣ ਤਾਂ ਇਹਨਾਂ ਦੇ ਆਪਾਂ ਨੂੰ ਅਲੱਗ-ਅਲੱਗ ਪ੍ਰਯੋਗ ਕੀਤੇ ਇਹਨਾਂ ਨੇ ਤਾਂ ਪ੍ਰਯੋਗਸ਼ੀਲ ਪ੍ਰਯੋਗਵਾਦੀ ਆ ਪ੍ਰਯੋਗਸ਼ੀਲ ਕਵੀ ਵੀ ਹੈਗੇ ਆ ਨਾਟਕਕਾਰ ਵੀ ਹੈਗੇ ਆ ਤੇ ਮਨੋਵਿਗਿਆਨਕ ਨਾਟਕ ਵੀ ਇਹਨਾਂ ਦੇ ਆਪਾਂ ਨੂੰ ਦੇਖਣ ਨੂੰ ਮਿਲਦੇ ਨੇ ਅੱਗੇ ਤੁਹਾਡੇ ਲਈ ਨਿਊ ਲਾਈਵ ਆਨਲਾਈਨ ਜਿਹੜਾ ਉਹ ਬੈਚ ਮਿਲੇਗਾ ਪੀਐਸਟੈਟ ਦਾ ਜਿਹੜਾ ਕਿ ਐਸਐਸਟੀ ਕੰਬੀਨੇਸ਼ਨ ਦਾ ਹੈਗਾ ਇਹਦੇ ਵਿੱਚ ਤੁਹਾਨੂੰ ਜਿਹੜਾ ਉਹ ਬੈਸਟ ਕੁਆਲਿਟੀ ਦਾ ਬੈਸਟ ਹੈਗੇ ਲਾਈਵ ਕਲਾਸਿਸ ਵਗੈਰਾ ਮਿਲਣਗੇ ਉਹ ਮੈਂ ਤੁਹਾਨੂੰ ਅੱਗੇ ਦੱਸਦੀ ਆ ਤੇ 299 ਐਸ ਦੀ ਫੀਸ ਰਹੇਗੀ ਸਿਰਫ ਔਰ ਸਿਰਫ 299 ਦਾ ਐਸ ਨੂੰ ਜੁਆਇਨ ਕਰ ਲੈਣਾ ਤੁਸੀਂ ਇੱਥੇ ਇਹਦੇ ਵਿੱਚ ਤੁਹਾਨੂੰ ਲਾਈਵ ਕਲਾਸਿਸ ਮਿਲਣਗੀਆਂ ਕੰਪਲੀਟ ਸਿਲੇਬਸ ਦਾ ਕਰਵਾਇਆ ਹੀ ਜਾਏਗਾ ਡਾਊਟ ਸੈਸ਼ਨ ਵੀ ਲਗ ਤੋਂ ਲਗਾਇਆ ਜਾਏਗਾ ਪੀਡੀਐਫ ਦੇ ਰੂਪ ਵਿੱਚ ਨੋਟਸ ਜਿਹੜੇ ਆ ਉਹ ਵੀ ਪ੍ਰੋਵਾਈਡ ਕਰਵਾਏ ਜਾਣਗੇ ਰੀਜ਼ਨੇਬਲ ਫੀਸ ਹੈਗੀ ਆ ਇਸ ਨੂੰ ਜੁਆਇਨ ਕਰ ਲੈਣਾ ਜ਼ਰੂਰ ਤੁਸੀਂ ਤਾਂ ਅੱਗੇ ਅਗਲਾ ਆਪਣਾ ਜਿਹੜਾ ਉਹ ਕੁਐਸਚਨ ਰਹੇਗਾ ਪੰਜਾਬ ਜਿਹੜਾ ਕਿ 1961 ਐਸ ਦੀ ਵਿਧਾ ਦੱਸਣੀ ਹੈ ਤੁਸੀ ਹਾਂਜੀ ਇਕਾਂਗੀ ਹੈ ਕਹਾਣੀ ਹੈ ਨਾਟਕ ਹੈ ਨਾਵਲ ਹੈ ਇੱਥੇ ਆਪਾਂ ਨੂੰ ਬਹੁਤ ਈਜ਼ੀ ਲੱਗ ਰਿਹਾ ਕਿਉਂਕਿ ਮਤਲਬ ਤੁਹਾਨੂੰ ਲੱਗ ਰਿਹਾ ਹੋਏਗਾ ਜੀ ਵੈਸੇ ਤਾਂ ਇਹਦੀ ਹੈਗੀ ਆ ਬਟ ਜਦੋਂ ਆਪਾਂ ਪੇਪਰ ਦੇ ਵਿੱਚ ਦੇਖਦੇ ਆ ਇਹਨਾਂ ਦੇ ਜਿਹੜੇ ਨਾਟਕ ਜਾਂ ਇਕਾਂਗੀ ਸੰਗ੍ਰਹਿ ਹੈਗੇ ਆ ਉਹਨਾਂ ਨੂੰ ਆਪਾਂ ਦੇਖਦੇ ਆ ਪੇਪਰ ਦੇ ਵਿੱਚ ਕਿ ਜਿਵੇਂ ਮੂਖ ਸੰਸਾਰ ਹੈ ਉਸ ਦਾ ਵਿਦਾ ਦੱਸੋ ਜਾਂ ਫਿਰ ਪੰਜਾਬ ਦੀ ਵਿਦਾ ਦੱਸੋ ਜਾਂ ਹੋਰ ਜਿਹੜੇ ਵੀ ਉਹਨਾਂ ਦੇ ਇਸਪਾਰ ਉਸਪਾਰ ਦੀ ਵਿਦਾ ਦੱਸੋ ਜਾਂ ਫਿਰ ਜਿਹੜੀ ਆ ਉਹ ਚੁੰਗਲਮਾਟਾ ਦੀ ਵਿਦਾ ਦੱਸੋ ਨਾ ਤੇ ਉਹ ਚੀਜ਼ਾਂ ਵੈਸੇ ਆਪਾਂ ਨੂੰ ਬਹੁਤ ਈਜ਼ੀ ਲੱਗਦੀਆਂ ਨੇ ਹੁਣ ਜਦੋਂ ਆਪਾਂ ਸਿਰਫ ਇੱਕੋ ਹੀ ਰਾਈਟਰ ਨੂੰ ਕਰ ਰਹੇ ਆ ਪਰੰਤੂ ਜਦੋਂ ਪੇਪਰ ਦੇ ਵਿੱਚ ਇਹੋ ਜਿਹੇ ਕੁਐਸਚਨ ਹੁੰਦੇ ਨੇ ਉਦੋਂ ਵੀ ਇਹ ਕਨਫਿਊਜ਼ਨ ਹਨਾ ਐਸ ਕਰਕੇ ਇਹਨਾਂ ਨੂੰ ਲਾਈਟਲੀ ਤਾਂ ਬਿਲਕੁਲ ਵੀ ਨਾ ਲਿਆ ਕਰੋ ਇਹੋ ਜਿਹੇ ਕੁਐਸਚਨ ਜਿਹੜੇ ਹੁੰਦੇ ਆ ਇੱਕ ਨੰਬਰ ਦਾ ਸਵਾਲ ਹੈ ਇਕੰਗੀ ਹੈ ਕਹਾਣੀ ਇਕੰਗੀ ਜਾਂ ਨਾਟਕ ਹੋ ਸਕਦਾ ਨਾਵਲ ਤੇ ਕਹਾਣੀ ਤਾਂ ਹੋ ਨਹੀਂ ਸਕਦਾ ਹਨਾ ਤਾਂ ਐਸ ਕਰਕੇ ਇਹ ਤੇ ਦੋਨੋਂ ਹੀ ਕਰ ਦਿੱਤੇ ਗਏ ਤੁਹਾਡੇ ਵੱਲੋਂ ਹਾਂ ਬਿਲਕੁਲ ਬਿਲਕੁਲ ਉਸ ਟਾਈਮ ਨਹੀਂ ਪਤਾ ਲੱਗਦਾ ਹਨਾ ਤੇ ਹੁਣ ਜੇਕਰ ਬਾਦ ਵਧੀਆ ਤਰੀਕੇ ਨਾਲ ਤਿਆਰੀ ਕਰੋਗੇ ਪਹਿਲਾਂ ਤੁਸੀਂ ਪੜ੍ਹਦੇ ਹੋ ਹਨ ਫਿਰ ਜਿਹੜਾ ਇੱਕ ਦਿਨ ਪਹਿਲਾਂ ਹੀ ਮੈਂ ਤੁਹਾਨੂੰ ਦੱਸ ਦਿੰਨੀ ਆ ਵੀ ਕਿਹੜਾ ਤੁਹਾਡਾ ਹੋਏਗਾ ਅਗਲਾ ਰਾਈਟਰ ਹਨਾ ਉਸ ਨੂੰ ਤੁਸੀਂ ਪਹਿਲਾਂ ਪੜ੍ਹ ਲੈਂਦੇ ਹੋ ਦੂਸਰੇ ਦਿਨ ਤੋਂ ਤੁਸੀਂ ਉਹਨਾਂ ਦੇ ਐਮਸੀਕਿਊਜ਼ ਕਰਦੇ ਹੋ ਹਨਾ ਤੇ ਨਾਲ ਦੀ ਨਾਲ ਤੁਸੀਂ ਮਤਲਬ ਲਿਖਣਾ ਵੀ ਜ਼ਰੂਰ ਹੈ ਵੀ ਕਿਹੜੀ ਕਾਂਗੀ ਕਦੋਂ ਆਈ ਹੈ ਜਾਂ ਫਿਰ ਉਸ ਦਾ ਵਿਸ਼ਾ ਕੀ ਹੈ ਉਹਨਾਂ ਚੀਜ਼ਾਂ ਨੂੰ ਨੋਟ ਡਾਊਨ ਜ਼ਰੂਰ ਕਰਿਆ ਕਰੋ ਉਹਦੇ ਨਾਲ ਕੀ ਹੈ ਹਮੇਸ਼ਾ ਯਾਦ ਰਹਿੰਦੀ ਜਿਹੜੀ ਚੀਜ਼ ਇੱਕ ਵਾਰੀ ਆਪਾਂ ਲਿਖ ਲੈਂਦੇ ਆ ਉਹ ਚੀਜ਼ ਹਮੇਸ਼ਾ ਯਾਦ ਰਹਿੰਦੀ ਹੈ ਤਾਂ ਪੰਜਾਬ ਇਹਨਾਂ ਦਾ ਕੀ ਹੈਗਾ ਵੀ ਦੱਸੋ ਵੀ A ਤੇ C ਦੋਨੋਂ ਹੀ ਆਪਸ਼ਨ ਕਰ ਲਿਓ ਧਿਆਨ ਨਾਲ ਦੇਖ ਲਓ ਬਈ ਇਹਨਾਂ ਤਾਂ ਮੈਨੂੰ ਵੀ ਪਤਾ ਹੀ ਹੈ ਵੀ ਇਕਾਂਗੀ ਜਾਂ ਨਾਟਕ ਦੋਨਾਂ ਚੋਂ ਕੋਈ ਇੱਕ ਹੋ ਸਕਦਾ ਤਾਂ ਇੱਥੇ ਆਪਾਂ ਕਰਾਂਗੇ ਇਹਨਾਂ ਦੀ ਇਕਾਂਗੀ ਆ ਇਹ ਆਪਸ਼ਨ ਆ ਜਾਏਗਾ ਅਗਲਾ ਪ੍ਰਸ਼ਨ ਹੈ ਰਾਣੀ ਕੋਕਿਲਾ ਦੀ ਵਿਦਾ ਦਸਤਨੀ ਹੈ ਨਾਵਲ ਕਹਾਣੀ ਨਾਟਕ ਇਕਾਂਗੀ ਤਾਂ ਵਾਪਸ A ਵੀ ਤਾਂ ਵੈਸੇ ਹੀ ਕੱਟੇ ਗਏ ਨੇ ਇੱਥੇ ਇਹਨਾਂ ਦੋਨਾਂ 'ਚੋਂ ਕੋਈ ਇੱਕ ਹੋ ਸਕਦਾ ਆ ਦੋਨੋਂ ਗਏ ਨੇ ਕੱਟੇ ਹੈਨਾ ਤੇ ਇੱਥੇ ਆਨਸਰ ਕਰ ਦੋ ਰਾਣੀ ਕੋਕਿਲਾ ਜਿਹੜੀ ਕਿ ਇੱਕ ਦੰਤ ਕਥਾ ਦੇ ਆਧਾਰਿਤ ਰਚਨਾ ਹੈਗੀ ਉਹਨਾਂ ਦੀ ਠੀਕ ਹੈ ਦੰਤ ਕਥਾ ਦੇ ਦੰਤ ਕਥਾ ਮੀਨਸ ਜਿਹੜੀ ਆਪਣੀ ਆਪਾਂ ਕਹਿੰਦੇ ਆ ਰਾਣੀ ਕੋਕਲਾ ਬਾਰੇ ਸੁਣਦੇ ਆ ਰਹੇ ਆ ਨਾ ਕਿਵੇਂ ਰਾਣੀ ਕੋਕਲਾ ਨੂੰ ਉਹਨਾਂ ਦਾ ਜਿਹੜਾ ਲਵਰ ਸੀਗਾ ਹਨਾ ਉਸ ਦਾ ਦਿਲ ਕਲੇਜਾ ਕੱਢ ਕੇ ਜਿਹੜਾ ਉਸ ਨੂੰ ਮਤਲਬ ਖਵਾਇਆ ਗਿਆ ਸੀ ਹਨਾ ਤੇ ਫਿਰ ਉਹਨੇ ਵੀ ਛੋਟੀ ਉਮਰ ਵਿੱਚ ਰਾਣੀ ਕੋਕਲਾ ਸੀਗੀ ਜਿਹੜੀ ਬਿਲਕੁਲ ਛੋਟੀ ਉਮਰ ਵਿੱਚ ਮਤਲਬ ਜਨਮ ਦੀ ਛੋਟੀ ਨਹੀਂ ਜਨਮ ਦੇ ਹੀ ਉਸ ਦਾ ਵਿਆਹ ਕਰ ਦਿੱਤਾ ਗਿਆ ਸੀ ਤੇ ਬਾਅਦ ਵਿੱਚ ਜਦੋਂ ਉਸ ਨੂੰ ਇੱਕ ਅਲੱਗ ਤੋਂ ਮਹਿਲ ਬਣਵਾ ਕੇ ਠੀਕ ਹੈ ਉਸ ਰਾਣੀ ਕੋਕਲਾ ਨੂੰ ਉਸ ਦੇ ਜਿਹੜੇ ਰਾਜਾ ਸੀਗਾ ਉਸ ਨੇ ਪਰ ਕਿਹਾਤੀ ਹੈ ਨਾ ਉਹ ਆਈ ਥਿੰਕ ਤੁਸੀਂ ਪੜਿਆ ਹੋਏਗਾ ਨਾਟਕ ਨਹੀਂ ਤਾਂ ਸਟੋਰੀ ਜਿਹੜੀ ਦੰਤ ਕਥਾ ਉਹ ਤਾਂ ਜ਼ਰੂਰੀ ਸੁਣੀ ਹੋਈਗੀ ਹੈ ਨਾ ਤੇ ਬਿਲਕੁਲ ਨਾਟਕ ਹੈਗਾ ਇੱਥੇ ਆਪਣੇ ਕੋਲ ਅਗਲਾ ਪ੍ਰਸ਼ਨ ਸੰਤਾਪ 1983 ਦੀ ਵਿਦਾ ਦੱਸੋ ਕਹਾਣੀ ਨਾਟਕ ਇਕਾਂਗੀ ਨਾਵਲ ਹਾਂ ਬਿਲਕੁਲ ਬਹੁਤ ਆਪਾਂ ਕਹਾਂਗੇ ਕਵਾਂਗੇ ਵੀ ਇੰਨੀ ਸੋਹਣੀ ਕਹਾਣੀ ਹੈਗੀ ਉਹਦੇ ਵਿੱਚ ਚਲਦੀ ਹੈ ਜਿਹੜਾ ਥੀਮ ਹੈ ਹੈ ਨਾ ਕਥਾਨਕ ਜਿਹੜਾ ਉਸ ਦਾ ਅੰਦੇਸ ਤਾਂ ਸੰਤਾਪ 1983 ਦੀ ਵਿਦਾ ਦੱਸੋ ਕਿਹੜਾ ਹੋਏਗਾ ਤੇ ਨਾਟਕ ਹੈ ਇਕਾਂਗੀ ਹੈ ਕਹਾਣੀ ਹੈ ਇਹਨਾਂ ਇਕਾਂਗੀ ਰਹੇਗੀ ਅਗਲਾ ਪ੍ਰਸ਼ਨ ਹੈ ਨਾਟਕ ਇਕਾਂਗੀ ਬਲਕਿਸ ਨੇ ਪ੍ਰੇਰਿਤ ਕੀਤਾ ਜਦੋਂ ਆਪਾਂ ਕਪੂਰ ਸਿੰਘ ਘੁੰਮਣ ਦੀ ਗੱਲ ਕਰਦੇ ਹਾਂ ਉਹਨਾਂ ਨੇ ਸਭ ਤੋਂ ਪਹਿਲਾਂ ਇੱਕ ਕਵੀ ਸੀਗੇ ਕਵੀ ਵੀ ਕਵਤਾਵਾਂ ਲਿਖਦੇ ਸੀ ਬਾਅਦ ਵਿੱਚ ਉਹਨਾਂ ਦੇ ਨਾਟਕ ਤੇ ਇਕਾਂਗੀ ਬਲ ਉਹਨਾਂ ਨੂੰ ਕਿਸ ਨੇ ਪ੍ਰੇਰਿਤ ਕੀਤਾ ਸੀ ਇਬਸਨ ਲੋਰਕਾ ਦੋਵੇਂ ਜਾਂ ਫਿਰਨਾ ਚੋ ਕੋਈ ਨਹੀਂ ਹਾਂਜੀ ਲੋਰਕਾ ਐਬਸਨ ਦੋਵੇਂ ਜਾਂ ਫਿਰਨਾ ਚੋ ਕੋਈ ਨਹੀਂ ਤਾਂ ਇੱਥੇ ਐਸ ਕੁਐਸ਼ਨ ਦੇ ਦੋ ਮਤਲਬ ਕੁਐਸ਼ਨ ਬਣਦੇ ਨੇ ਇੱਕ ਤਾਂ ਇਹਨਾਂ ਵਿੱਚੋਂ ਕੇਵਲ ਐਬਸਨ ਹੁੰਦਾ ਹਨ ਤੇ ਤਿੰਨ ਹੋਰ ਆਪਸ਼ਨ ਹੋਣਗੇ ਤੇ ਦੂਸਰਾ ਕੁਐਸ਼ਨ ਬਣਦਾ ਲੋਰਕਾ ਨਾਲ ਜਿਹੜੇ ਕੀ ਹੋਰ ਜਿਹੜਾ ਉਹ ਬਾਕੀ ਅਜਿਵੇਂ ਹੋਰ ਹੋਣਗੇ ਨਰੁੱਦੋ ਪਬਲੋ ਨਰੰਧਾ ਉਹਨਾਂ ਬਾਰੇ ਇਸ ਤਰੀਕੇ ਨਾਲ ਕੁਐਸਚਨ ਬਣ ਜਾਈਗਾ ਤਾਂ ਦੋਵੇਂ ਰਹਿਣਗੇ ਇੱਥੇ ਆਪਾਂ ਦੋਨਾਂ ਨੂੰ ਇਕੱਠਾ ਕਰਕੇ ਇੱਕੋ ਪ੍ਰਸ਼ਨ ਬਣਾਇਆ ਗਿਆ ਕਪੂਰ ਸਿੰਘ ਘੁੰਮਣ ਸਭ ਤੋਂ ਪਹਿਲਾਂ ਪਾਠਕਾਂ ਦੇ ਸਾਹਮਣੇ ਕਿਸ ਰੂਪ ਵਿੱਚ ਆਈ ਤਾਂ ਹੁਣੇ ਮੈਂ ਦੱਸ ਦੁੱਗੀਆਂ ਤੁਹਾਨੂੰ ਪਿੱਛੇ ਕਿ ਸਭ ਤੋਂ ਪਹਿਲਾਂ ਕਪੂਰ ਸਿੰਘ ਘੁੰਮਣ ਜਿਹੜੇ ਆ ਆਪਣੇ ਪਾਠਕਾਂ ਸਾਹਮਣੇ ਉਹਨਾਂ ਨੂੰ ਜਿਹੜੇ ਪੜਨ ਵਾਲੇ ਪਾਠਕ ਹੈਗੇ ਉਹਨਾਂ ਸਾਹਮਣੇ ਕਿਸ ਰੂਪ ਵਿੱਚ ਆਏ ਸੀ ਕੈਕਾਂਗੀਕਾਰ ਦੇ ਤੌਰ ਤੇ ਨਾਟਕਕਾਰ ਦੇ ਕਹਾਣੀਕਾਰ ਦੇ ਜਾਂ ਫਿਰ ਹਾਸ ਰਸੀ ਕਵੀ ਤਾ ਬਿਲਕੁਲ ਜੀ ਇੱਥੇ ਕੀ ਹੈਗਾ ਆਪਣੇ ਕੋਲ ਧੀ ਆਪਸ਼ਨ ਆ ਜਾਏਗਾ ਹਾਸ ਰਸੀ ਕਵੀ ਆਪਸ਼ਨ ਆ ਜਾਏਗਾ ਇਸ ਕੁਐਸਚਨ ਦਾ ਆਨਸਰ ਉਹ ਇੱਕ ਕਵੀ ਦੇ ਤੌਰ ਤੇ ਜਿਹੜੇ ਆ ਉਹ ਪਾਠਕਾਂ ਸਾਹਮਣੇ ਮੈਨੂੰ ਸ਼ੁਰੂਆਤ ਉਹਨਾਂ ਨੇ ਕਵੀ ਦੇ ਤੌਰ ਤੇ ਕੀਤੀ ਸੀ ਉਹ ਵੀ ਹਾਸ ਰਸੀ ਕਵੀ ਤੇ ਆਪਣੇ ਹਾਸ ਰਸੀ ਕਵੀ ਦਾ ਨਾਮ ਵੀ ਦੱਸੋ ਜਿਹੜੇ ਆਪਣੇ ਕੋਲ ਬਹੁਤ ਜ਼ਿਆਦਾ ਫੇਮਸ ਪ੍ਰਸਿੱਧ ਹੋਈ ਨਹੀਂ ਹਾਸ ਰਸੀ ਕਵੀ ਕਿਹੜੇ ਨੇ ਆਨਸਰ ਕਰ ਦੇਣਾ ਝੁੰਗਲ ਮਾਟਾ ਦੀ ਵਿਦਾ ਦੱਸੋ ਝੁੰਗਲ ਮਾਟਾ विदादासना सारे ਲਗਭਗ ਕਿਸ਼ਣ ਉਹਨਾਂ ਦੀ ਵਿਦਾ ਵਾਲੀ ਹੈ ਕਿਉਂਕਿ 18 ਇਹਨਾਂ ਦੇ ਨਾਟਕ ਹੈਗੇ ਹਨ ਨਾ ਤੇ ਉਹ ਵੀ ਖੇਡੇ ਵੀ ਜਾ ਚੁਕੇ ਨੇ ਸਾਰੇ ਦੇ ਸਾਰੇ ਪੰਜ ਇਕਾਂਗੀ ਪੰਜ ਦਰਜਨ ਇਕਾਂਗੀ ਸੰਗ੍ਰਹਿ ਹੈਗੇ ਆ ਤੇ ਉਹ ਵੀ ਖੇਡੇ ਜਾ ਚੁਕੇ ਨੇ ਤਾਂ ਜੇਕਰ ਪ੍ਰਸ਼ਨ ਆਏ ਸਭ ਤੋਂ ਵਾਟ ਖੇਡੇ ਜਾਣ ਵਾਲੇ ਨਾਟਕ ਦਾ ਨਾਟਕਕਾਰ ਕੌਣ ਹੈ ਨਾ ਇਸ ਤਰੀਕੇ ਨਾਲ ਕੋਈ ਕੁਐਸਚਨ ਆ ਜਾਈ ਫਿਰ ਆਪਾਂ ਕਪੂਰ ਸਿੰਘ ਘੁੰਮਣ ਨੂੰ ਕਰਨਾ ਹੈ ਸਿਰਫ ਇਕਾਂਗੀਆਂ ਦਾ ਪੁੱਛਿਆ ਜਾਵੇ ਵੀ ਇਕਾਂਗੀ ਲਿਖੀਆਂ ਕਿਸ ਨੇ ਸਭ ਤੋਂ ਵੱਧ ਤੇ ਉਹ ਫਿਰ ਆਪਾਂ ਹਰਜਨ ਸਿੰਘ ਨੂੰ ਕਰ ਦੇਣਾ ਠੀਕ ਹੈ ਤੇ ਚੁੰਗਲ ਮਾਟਾ ਦੀ ਵਿਦਾ ਕੀ ਹੈ ਚੁੰਗਲ ਮਾਟਾ ਨਾਟਕ ਹੈਗਾ ਠੀਕ ਹੈ ਚੁੰਗਲ ਮਾਟਾ ਕੀ ਹੈ ਨਾਟਕ ਰਵੇਗਾ ਆਪਣੇ ਕੋਲ ਅਗਲਾ ਪ੍ਰਸ਼ਨ ਹੈ ਘੁੰਮਣ ਨੂੰ ਕਿਸ ਰਚਨਾ ਲਈ ਸਾਹਿਤ ਅਕਾਦਮੀ ਅਵਾਰਡ ਮਿਲਿਆ ਰਾਣੀ ਕੋਕਿੱਲਾ ਅਨਹੋਣੀ ਪਾਗਲ ਲੋਕ ਜਾਂ ਫਿਰ ਰੱਬ ਦੇ ਰਾ ਹਾਂਜੀ انا 1957 ਚ ਆਇਆ ਥਿੰਕ ਇਹਨਾਂ ਦਾ ਹਾਂਜੀ 1957 ਹੀ ਹੈ ਇਹਨਾਂ ਦਾ ਤੇ ਰਾਣੀ ਕੋਕਲਾ পাগল ਲੋਕ ਜਿਹੜਾ ਕਿ 82 ਚ ਆਇਆ ਰੱਬ ਦੇ ਰੰਗ ਨਾਚੋ ਸਾਹਿਤ ਅਕਾਦਮੀ ਅਵਾਰਡ 84 ਚ ਮਿਲਿਆ ਸੀ ਬਿਲਕੁਲ ਅਵਾਰਡ ਇਹਨਾਂ ਨੂੰ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਜਿਹੜਾ ਅਵਾਰਡ ਮਿਲਦਾ ਹੁਣ ਅਵਾਰਡਸ ਜਿਹੜੇ ਦੋ ਹੈਗੇ ਇੱਕ ਤਾਂ ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਮਿਲਦਾ ਤੇ ਦੂਸਰਾ ਪੰਜਾਬੀ ਸਾਹਿਤ ਅਕਾਦਮੀ ਵੱਲੋਂ ਮਿਲਦਾ ਜਿਹੜਾ ਠੀਕ ਹੈ ਦੋ ਅਲੱਗ-ਅਲੱਗ ਹੈਗੇ ਆ ਤਾਂ ਇਹਨਾਂ ਨੂੰ ਮਿਲਿਆ ਸੀ ਸਾਹਿਤ ਅਕਾਦਮੀ ਅਵਾਰਡ ਜਿਹੜਾ ਕਿ ਦਿੱਲੀ ਵੱਲੋਂ ਹੈ ਤਾਂ 1984 ਦੇ ਵਿੱਚ ਮਿਲਿਆ ਸੀ ਪਾਗਲ ਲੋਕ ਕਰਕੇ ਇੱਕ ਇਹਨਾਂ ਦਾ ਨਾਟਕ ਹੈਗਾ ਪੁਤਲੀ ਘਰ ਹਨਾ ਤੁਸੀਂ ਸੁਣਿਆ ਹੋਵੇਗਾ ਉਸ ਦੇ ਬਾਰੇ ਹਾਂਜੀ ਅਗਲਾ ਪ੍ਰਸ਼ਨ ਹੈ ਘੁੰਮਣ ਦੇ ਕਿਸ ਨਾਟਕ ਵਿੱਚ ਨਾ ਤਾਂ ਅੰਕਵੰਡ ਹੋਈ ਹੈ ਤੇ ਨਾ ਹੀ ਝਾਂਕੀ ਵੰਡ ਹੁਣ ਜਦੋਂ ਆਪਾਂ ਨਾਟਕਾਂ ਨੂੰ ਪੜ੍ਹਦੇ ਹਾਂ ਉਹਦੇ ਵਿੱਚ ਝਾਂਕੀ ਵੰਡ ਹੁੰਦੀ ਹੈ ਕਿਉਂਕਿ ਉਹਨਾਂ ਨਾਟਕਾਂ ਨੂੰ ਮੰਚ ਤੇ ਪ੍ਰਦਰਸ਼ਨ ਵੈਸੇ ਲਿਖਣ ਜਾਂ ਪਾਵੇਂ ਨਾ ਵੀ ਕਰੀਏ ਫਿਰ ਵੀ ਚੱਲ ਜਾਂਦਾ ਬਟ ਜਦੋਂ ਆਪਾਂ ਉਹਨਾਂ ਨੂੰ ਖੇਡਦੇ ਆ ਨਾਟਕ ਨੂੰ ਜਦੋਂ ਖੇਡਿਆ ਜਾਂਦਾ ਰੰਗ ਮੰਚ ਤੇ ਉਸ ਟਾਈਮ ਕੀ ਆ ਹਾਂਜੀ ਤੇ ਉਸ ਟਾਈਮ ਕੀ ਆ ਜਿਹੜੀ ਝਾਂਕੀ ਵੰਡਾ ਉਹ ਹੁਣੀ ਬਹੁਤ ਜ਼ਰੂਰੀ ਹੈ ਕਿਉਂਕਿ ਪਹਿਲੀ ਝਾਂਕੀ ਜਿਹੜੀ ਮਤਲਬ ਝਾਂਕੀਆਂ ਚ ਵੰਡ ਹੁੰਦੀ ਵੀ ਐਨੀ ਆ ਦੂਸਰੀ ਝਾਂਕੀ ਐ ਤੀਸਰੀ ਝਾਂਕੀ ਐ ਜਦੋਂ ਉਹ ਸਟੇਜ ਤੇ ਉਸ ਨੂੰ ਕੀਤਾ ਜਾਂਦਾ ਹੈ ਤੇ ਉਹ ਜਿਹੜੀ ਸਮਗਰੀ ਹੈਗੀ ਹੈ ਉਸ ਨੂੰ ਚੱਕਣ ਦਾ ਵਾਪਸ ਰੱਖਣ ਦਾ ਨਾ ਉਹ ਨਵੀਂ ਸਮਗਰੀ ਉੱਥੇ ਰੱਖਣਾ ਹੈ ਜਿਹੜੀ ਉਹ ਮੰਨ ਲਓ ਪਹਿਲਾ ਘਰ ਦਾ ਦ੍ਰਿਸ਼ ਦਿਖਾਇਆ ਜਾ ਰਿਹਾ ਫਿਰ ਘਰ ਵਿੱਚ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਉਹ ਚੀਜ਼ਾਂ ਉਸ ਸਟੇਜ ਤੇ ਹੋਣਗੀਆਂ ਫਿਰ ਅਗਲੀ ਝਾਂਕੀ ਵਿੱਚ ਮੰਨ ਲਓ ਕੋਈ ਗਲੀ ਮਹੁੱਲੇ ਜਾਂ ਖੇਰ ਦਾ ਕੋਈ ਜਿਹੜਾ ਉਹ ਦ੍ਰਿਸ਼ ਦਿਖਾਇਆ ਜਾ ਰਿਹਾ ਫਿਰ ਉਹ ਘਰ ਵਾਲੀਆਂ ਸਾਰੀਆਂ ਚੀਜ਼ਾਂ ਉਸ ਤੋਂ ਝੱਕਣੀਆਂ ਪੈਣਗੀਆਂ ਤੇ ਨਵੀਆਂ ਚੀਜ਼ਾਂ ਉੱਥੇ ਐਡ ਕਰਨੀਆਂ ਪੈਣਗੀਆਂ ਐਸ ਕਰਕੇ ਉਹ ਜਿਹੜਾ ਟਾਈਮ ਹੈ ਉਹ ਝਾਂਕੀ ਜਦੋਂ ਖਤਮ ਹੁੰਦੀ ਹੈ ਦੂਸਰੀ ਝਾਂਕੀ ਉਹ ਟਾਈਮ ਇਹਨਾਂ ਦਾ ਮੈਨੇਜ ਕਰਨਾ ਪੈਂਦਾ ਐਸ ਕਰਕੇ ਉਹ ਝਾਂਕੀ ਵੰਡ ਹੁੰਦੀ ਹੈ ਜਾਂ ਫਿਰ ਅੰਕ ਵੰਡਦਾ ਤਾਂ ਇਹਦੇ ਵਿੱਚ ਤੁਸੀਂ ਦੱਸਣਾ ਹੈ ਕਿਹੜਾ ਇਕਾਂਗੀ ਕਿਹੜਾ ਨਾਟਕ ਹੈ ਕਿਹੜੀ ਰਚਨਾ ਹੈ ਜਿਹਦੇ ਵਿੱਚ ਉਹਨਾਂ ਦਾ ਅੰਕਵੰਡ ਤੇ ਝਾਕੀਵੰਡ ਦੋਨੋਂ ਨਹੀਂ ਹੋਈ ਸੀ ਆਪਸ਼ਨ ਕੀਤਾ ਜਾ ਰਿਹਾ ਹਾਂਜੀ ਧਿਆਨ ਨਾਲ ਦੇਖ ਲਓ ਉਦਾਲੀ ਹੋਈ ਕੁੜੀ ਕੱਚ ਦੇ ਗਜਰੀ ਗਲਤ ਕੀਮਤਾ ਜਾਂ ਫਿਰ ਅਤੀਤ ਦੇ ਪਰਛਾਵੇਂ ਤਾਂ ਇੱਥੇ ਡੀ ਆਪਸ਼ਨ ਆਏਗਾ ਐਸ ਕੁਸ਼ਚਨ ਨੂੰ ਧਿਆਨ ਨਾਲ ਦੇਖੋ ਅਤੀਤ ਦੇ ਪਰਛਾਵੇਂ ਇਹਦੇ ਵਿੱਚ ਨਾ ਤਾਂ ਇਕਾਂਗੀ ਵੰਡ ਹੋਈ ਆ ਤੇ ਨਾ ਹੀ ਅਸ ਦੀ ਜਿਹੜੀ ਆ ਉਹ ਅੰਕ ਵੰਡ ਹੋਈ ਆ ਅਗਲਾ ਪ੍ਰਸ਼ਨ ਹੈ ਉਧਾਲੀ ਕੁੜੀ ਇਕਾਂਗੀ ਦਾ ਵਿਸ਼ਾ ਕੀ ਹੈ ਉਧਾਲੀ ਕੁੜੀ ਇਕਾਂਗੀ ਹੈਗੀ ਆ ਜਿਹੜੀ ਕਿ ਇੰਪੋਰਟੈਂਟ ਹੈ ਇਸ ਦਾ ਵਿਸ਼ਾ ਦੱਸ ਦੋ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਉਧਾਲੀ ਕੁੜੀ ਜਦੋਂ ਇਕਾਂਗੀ ਖੇਢੀ ਗਈ ਸੀ ਤੇ ਉਹਦੇ ਵਿੱਚ ਇੱਕ ਅਦਾਕਾਰ ਨੇ ਹਿੱਸਾ ਲਿਆ ਸੀ ਉਹ ਕੌਣ ਹੈ ਇਸ ਤੇ ਵੀ ਤੁਹਾਨੂੰ ਪ੍ਰਸ਼ਨ ਬਣ ਜਾਂਦਾ ਓਕੇ ਬੀ ਆਪਸ਼ਨ ਨਹੀਂ ਆਏਗਾ ਵੀ ਇਸ ਕੁਸ਼ਣ ਦਾ ਆਨਸਰ ਉਧਾਲੀ ਕੁੜੀ ਹੈ 1984 ਦੇ ਜਿਹੜੇ ਦੰਗੇ ਹੋਏ ਆ ਏ ਆਪਸ਼ਨ ਆਏਗਾ ਇੱਥੇ ਆਪਣੇ ਕੋਲ ਠੀਕ ਹੈ 1984 ਦੇ ਜਿਹੜੇ ਦੰਗੇ ਆ ਉਹਨਾਂ ਦੇ ਵਿੱਚ ਜਿਹੜਾ ਉਹ ਇੱਕ ਘਟਨਾ ਨੂੰ ਚੱਕ ਕੇ ਜਿਹੜੇ ਕਪੂਰ ਸਿੰਘ ਘੁੰਮਣ ਹੈ ਉਹਨਾਂ ਨੇ ਇਕਾਂਗੀ ਲਿਖੀ ਹੈ ਅਗਲਾ ਪ੍ਰਸ਼ਨ ਹੈ ਮੁੱਢਲੇ ਦੌਰ ਵਿੱਚ ਕਿਹੜੇ ਨਾਟਕਾਂ ਦੀ ਰਚਨਾ ਕੀਤੀ ਗਈ ਧਾਰਮਿਕ ਨਾਟਕਾਂ ਦੀ ਕਿਸ ਦੇ ਦੁਆਰਾ ਕਿਉਂਕਿ ਆਪਾਂ ਇਹ ਕਪੂਰ ਸਿੰਘ ਘੁੰਮਣ ਨੂੰ ਪੜ ਰਹੇ ਆ ਇਸ ਕਰਕੇ ਉਹਨਾਂ ਦਾ ਨਾਮ ਐਡ ਕਰਨ ਦੀ ਜ਼ਰੂਰਤ ਨਹੀਂ ਹੈਗੀ ਆ ਮੁਢਲੇ ਜੋਰ ਵਿੱਚ ਦੱਸੋ ਕਿਸ ਤਰੀਕੇ ਦੇ ਨਾਟਕ ਉਹਨਾਂ ਨੇ ਲਿਖੇ ਨੇ ਧਾਰਮਿਕ ਹੈ ਰਾਜਨੀਤਿਕ ਹੈ ਯਥਾਰਥਵਾਦੀ ਹੈ ਜਾਂ ਫਿਰ ਉਜਾਰਵਾਦੀ ਹੈ ਜੇਕਰ ਇਹਨਾਂ ਅਧਿਆ ਪੁੱਛਿਆ ਜਾਵੇ ਕਿਹੜੀ ਪੀੜੀ ਦੇ ਹੈਗੇ ਆ ਤਾਂ ਉਹ ਰਹਿਣਗੇ ਆਪਣੇ ਕੋਲ ਦੂਜੀ ਪੀੜੀ ਦੇ ਨਾਟਕਕਾਰ ਜੇਕਰ ਉਹਨਾਂ ਦੇ ਬਾਰੇ ਕਪੂਰ ਸਿੰਘ ਘੁੰਮਣ ਬਾਰੇ ਤੁਹਾਨੂੰ ਪੁੱਛਿਆ ਜਾਵੇ ਕਿ ਉਹ ਕਿਹੜੇ ਨਾਟਕਕਾਰ ਹੈਗੇ ਆ ਤੇ ਉਹ ਰਹਿਣਗੇ ਪ੍ਰਯੋਗਵਾਦੀ ਜਾਂ ਪ੍ਰਯੋਗਸ਼ੀਲ ਠੀਕ ਹੈ ਨਾਟਕਕਾਰ ਹੈਗੇ ਆ ਪਰੰਤੂ ਇਹਨਾਂ ਦਾ ਵਿਸ਼ਾ ਪੁੱਛਿਆ ਜਾਵੇ ਫਿਰ ਆਪਾਂ ਕਵਾਂਗੇ ਵੀ ਉਹ ਸਮਾਜਿਕ ਨਾਟਕ ਉਸਨੇ ਸਭ ਤੋਂ ਵੱਧ ਲਿਖੇ ਨੇ ਠੀਕ ਹੈ ਸਮਾਜਿਕ ਨਾਟਕ ਲਿਖੇ ਨੇ ਠੀਕ ਹੈ ਸਧਾਰਨ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਬੋਲੀ ਨੂੰ ਬਿਲਕੁਲ ਖਾਸ ਆਪਾਂ ਕਵਾਂਗੇ ਵੀ ਉਸ ਨੂੰ ਤਰਾਸ਼ ਕੇ ਉਹ ਪੇਸ਼ ਕੀਤੀ ਹੈ ਤੇ ਜੇਕਰ ਤੁਹਾਨੂੰ ਪੁੱਛਿਆ ਜਾਵੇ ਉਹ ਕਿਹੋ ਜੇ ਨਾਟਕ ਉਹਨਾਂ ਨੇ ਮੁੱਢਲੇ ਦੌਰ ਵਿੱਚ ਸਟਾਰਟਿੰਗ 'ਚ ਜਿਹੜੇ ਲਿਖੇ ਹੈ ਤਾਂ ਉਹ ਰਹਿਣਗੇ ਯਥਾਰਥਵਾਦੀ ਠੀਕ ਹੈ ਉਹ ਕਿਹੜੇ ਰਹਿਣਗੇ ਉਹ ਰਹਿਣਗੇ ਹੀ ਯਥਾਰਥਵਾਦੀ ਤਾਂ ਇਸ ਕੁਐਸਚਨ ਦਾ ਆਨਸਰ ਕੀ ਹੋ ਜੇਗਾ ਆਪਣੇ ਕੋਲ ਸੀ ਆਪਸ਼ਨ ਆਜੇਗਾ ਯਥਾਰਥਵਾਦੀ ਨਾਟਕ ਉਹਨਾਂ ਨੇ ਸਟਾਰਟਿੰਗ ਵਿੱਚ ਲਿਖੇ ਸੀ ਬਾਅਦ ਵਿੱਚ ਅਲੱਗ-ਅਲੱਗ ਉਹਨਾਂ ਨੇ ਪ੍ਰਯੋਗ ਕੀਤੇ ਐਸ ਕਰਕੇ ਪ੍ਰਯੋਗਵਾਦੀ ਆ ਜਾਂਦੇ ਹਾਂਜੀ ਮੰਦੀਰ ਕੁਮਾਰ ਵੈਰੀ ਗੁੱਡ ਕਪੂਰ ਸਿੰਘ ਘੁੰਮਣ ਦੇ ਇਕਾਂਗੀ ਪਾਤਰਾਂ ਵਿੱਚ ਤੇ ਕਿਹੜੀ ਭਾਸ਼ਾ ਦਾ ਪ੍ਰਭਾਵ ਵਧੇਰੇ ਦਿਖਾਈ ਦਿੰਦਾ ਹੈ ਹੁਣ ਇਹਨਾਂ ਦੀ ਭਾਸ਼ਾ ਕਿਹੜੀ ਰਹੇਗੀ ਉਹ ਤੁਸੀਂ ਇਹਨਾਂ ਦੇ ਜਨਮ ਸਥਾਨ ਤੋਂ ਜਿਹੜਾ ਉਹ ਕਰ ਸਕਦੇ ਹੋ ਅਤੇ ਅੰਦਾਜ਼ਾ ਲਾ ਸਕਦੇ ਹੋ ਜਨਮ ਸਥਾਨ ਕਿਹੜਾ ਹੈਗਾ ਇਹਨਾਂ ਦਾ ਸ਼ਾਲਕੋਟ ਹੈ ਹਨਾ ਤੇ ਸ਼ਾਲਕੋਟ ਮੀਨਸ ਪੱਛਮੀ ਪਾਕਿਸਤਾਨ ਦੀ ਧਰਤੀ ਹੈ ਹੁਣ ਹਨਾ ਤੇ ਉਸ ਦੇ ਅਕੋਰਡਿੰਗ ਦੱਸ ਦੋ ਹਿੰਦੀ ਪੰਜਾਬੀ ਫਾਰਸੀ ਉਰਦੂ ਹਾਂਜੀ ਉਸ ਦੇ ਅਕੋਰਡਿੰਗ ਪਾਕਿਸਤਾਨ ਵਿੱਚ ਸਭ ਤੋਂ ਵੱਧ ਇਹਨਾਂ ਵਿੱਚੋਂ ਕਿਹੜੀ ਭਾਸ਼ਾ ਦਾ ਪ੍ਰਭਾਵ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਤਾਂ ਉਸ ਦੇ ਅਕੋਰਡਿੰਗ ਆਪਣਾ ਇਸ ਕੁਐਸਚਨ ਦਾ ਆਨਸਰ ਵੀ ਆ ਜਾਏਗਾ ਤੁਹਾਡੇ ਕੋਲ ਹਿੰਦੀ ਤਾਂ ਤਾਂ ਨਹੀਂ ਹੋਏਗਾ ਠੀਕ ਹੈ ਪੰਜਾਬੀ ਦਾ ਵੀ ਨਹੀਂ ਹੈ ਹੁਣ ਪੰਜਾਬੀ ਤਾਂ ਉਹਨਾਂ ਨੇ ਲਿਖਿਆ ਹੀ ਹੈ ਤੇ ਪੰਜਾਬੀ ਦਾ ਪ੍ਰਭਾਵ ਤਾਂ ਹੋਣਾ ਹੀ ਕੀ ਹੈ ਉਰਦੂ ਤੇ ਫਾਰਸੀ ਦੋਨਾਂ ਚੋਂ ਕੋਈ ਇੱਕ ਹੋ ਸਕਦਾ ਤਾਂ ਪਾਕਿਸਤਾਨ ਵਿੱਚ ਕੀ ਹੈ ਉਰਦੂ ਭਾਸ਼ਾ ਸਭ ਤੋਂ ਵਧੇਰੇ ਬੋਲੀ ਜਾਂਦੀ ਹੈ ਤਾਂ ਉਸ ਦੇ ਵਿੱਚ ਹੀ ਉਹਨਾਂ ਦਾ ਲਿਖਤੀ ਜਿਹੜਾ ਵੀ ਕੰਮ ਹੈ ਉਹ ਸਾਰਾ ਹੁੰਦਾ ਹੈ ਤਾਂ ਉਰਦੂ ਭਾਸ਼ਾ ਦਾ ਪ੍ਰਭਾਵ ਜਿਹੜਾ ਉਹ ਕਪੂਰ ਸਿੰਘ ਘੁੰਮਣ ਦੀਆਂ ਜਿਹੜੀਆਂ ਇਕਾਂਗੀਆਂ ਦੇ ਪਾਤਰ ਨੇ ਉਹਨਾਂ ਤੇ ਜ਼ਿਆਦਾ ਦਿਖਾਈ ਦਿੰਦਾ ਅਗਲਾ ਪ੍ਰਸ਼ਨ ਕੁੰਮਣੇ ਨਾਟਕ ਰਚਨਾ ਦਾ ਆਰੰਭ ਕਿਹੜੇ ਵਿਸ਼ਾ ਨਾਲ ਕੀਤਾ ਹਾਂਜੀ ਨਾਟਕ ਰਚਨਾ ਦਾ ਆਰੰਭ ਵਿਸ਼ਾ ਪੁੱਛਿਆ ਜਾ ਰਿਹਾ ਪਹਿਲਾਂ ਤੁਹਾਨੂੰ ਕੀ ਪੁੱਛਿਆ ਗਿਆ ਸੀ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਟਾਰਟਿੰਗ ਕੀਤੀ ਸੀ ਉਹਨਾਂ ਦੇ ਵਿਚਾਰ ਧਾਰਾ ਹੁਣ ਵਿਸ਼ਾ ਪੁੱਛਿਆ ਜਾ ਰਿਹਾ ਸਟਾਰਟਿੰਗ ਵਾਲੇ ਜਿਹੜੇ ਵਿਸ਼ੇ ਜਿਹਦੇ ਵਿੱਚ ਯਥਾਰਥ ਪੇਸ਼ ਕੀਤਾ ਤਾਂ ਉਹ ਯਥਾਰਥ ਕਿਸ ਦਾ ਹੋਏਗਾ ਹਾਂਜੀ ਆਨਸਰ ਕਰੋ ਇਸ ਕੁਐਸਚਨ ਦਾ ਤਾਂ ਬਿਲਕੁਲ ਮਨੋਵਿਗਿਆਨਿਕ ਰਹੇਗਾ ਠੀਕ ਹੈ ਇਥੇ ਕੀ ਹੈ ਮਨੋਵਿਗਿਆਨਿਕ ਰਹੇਗਾ ਅਗਲਾ ਪ੍ਰਸ਼ਨ ਹੈ ਕੁੰਮਨਦੀ ਕਿਸ ਇਕਾਂਗੀ ਵਿੱਚ ਬਲਰਾਜ ਸਹਾਨੀ ਨੇ ਪਾਠ ਜਿਹੜਾ ਉਹ ਅਦਾ ਕੀਤਾ ਸੀ? ਬਾਗਲਿਆ ਸੀ ਵਿੱਚ ਇਹਨਾਂ ਵਿੱਚੋਂ ਕਿਹੜੀ ਹੋएगी ਉਧਾਲੀ ਕੁੜੀ ਉਧਾਲੀ ਹੋਈ ਕੁੜੀ ਵੀ ਆਪਾਂ ਕਹਿ ਸਕਦੇ ਹਾਂ ਗਜਰੇ ਗਲਤ ਕੀਮਤਾ ਭੱਜੇ। ਹਾਂਜੀ। ਕਪੂਰ ਸਿੰਘ ਕੁੰਮਨਦੀ ਕਿਹੜੀ ਇਕਾਂਗੀ ਹੈਗੀ ਹੈ ਜਿਹਦੇ ਵਿੱਚ ਬਲਰਾਜ ਸਹਾਨੀ ਨੇ ਪਾਠ ਅਦਾ ਕੀਤਾ ਜਾਂ ਫਿਰ ਤੁਹਾਨੂੰ ਪੁੱਛਿਆ ਜਾ ਸਕਦਾ ਹੈ ਉਧਾਲੀ ਹੋਈ ਕੁੜੀ ਇਕਾਂਗੀ ਵਿੱਚ ਕਿਸ ਨੇ ਪਾੜ ਅਦਾ ਕੀਤਾ ਕਿਸ ਨੇ ਭਾਗ ਲਿਆ ਕਿਹੜੇ ਅਦਾਕਾਰ ਨੇ ਜਿਹੜਾ ਕਿ ਪੰਜਾਬੀ ਰਾਈਟਰ ਵੀ ਰਹੇ ਜਿਹੜੇ ਆ ਚੁੱਕੇ ਨੇ ਤਾਂ ਉਹ ਰਹੇਗਾ ਉਧਾਲੀ ਕੁੜੀ ਤਾਂ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਨਾਟਕਾਂ ਵਿੱਚ ਇਹਨਾਂ ਨੇ ਜਿਹੜੀ ਆ ਉਹ ਭਾਗ ਲਿਆ ਪਲਦਾ ਸਾਹਨੀ ਨੇ ਮੂਵੀਜ਼ ਕੀਤੀਆਂ ਨੇ ਲਾਸਟ ਮੂਵੀ ਜਿਹੜੀ ਇਹਨਾਂ ਦੀ ਸੀਗੀ ਹਨਾ ਉਹਦੇ ਵਿੱਚ ਹੀ ਜਿਹੜਾ ਉਹ ਮਤਲਬ ਜਿਹੜੀ ਸ਼ੂਟਿੰਗ ਖਤਮ ਕੀਤੀ ਸੀ ਤੇ ਉਸੇ ਦਿਨ ਇਹਨਾਂ ਨੂੰ ਹਾਰਟ ਅਟੈਕ ਹੋਇਆ ਤੇ ਇਹਨਾਂ ਦੀ ਮੌਤ ਹੋ ਗਈ ਸੀ ਅਗਲਾ ਪ੍ਰਸ਼ਨ ਆਪ ਤੋਂ ਵਦ ਇਕਾਂਗੀ ਕਿਸ ਨੇ ਲਿਖੀਆਂ ਹਨ ਦੁਆਰਾ ਆ ਗਿਆ ਨਾ ਹਰਚੰਦ ਸਿੰਘ ਆ ਜਾਈਗਾ ਇਸ ਕੁਐਸਚਨ ਦਾ ਆਨਸਰ ਤਾਂ ਕਿਵੇਂ ਲੱਗੀ ਅੱਜ ਦੀ ਆਪਣੀ ਕਲਾਸ ਕਮੈਂਟਸ ਕਰਕੇ ਜਰੂਰ ਲਿਖ ਦਿਓ ਜੇਕਰ ਇਹਨਾਂ ਦੀ ਭਾਸ਼ਾ ਬਾਰੇ ਵੈਸੇ ਪੁੱਛਿਆ ਜਾਵੇ ਕਿ ਕਿਹੜੇ ਲੋਕਾਂ ਦੀ ਬੋਲੀ ਬੋਲਦਾ ਹੈ ਕਪੂਰ ਸਿੰਘ ਹਮਣ ਹੈ ਨਾ ਤੇ ਉਹ ਰਹੇਗਾ ਜਿਹੜੇ ਸੁਧਾਰਨ ਲੋਕ ਹੈਗੇ ਆ ਠੀਕ ਹੈ ਸੁਧਾਰਨ ਲੋਕਾਂ ਦੀ ਜਿਹੜੀ ਬੋਲੀ ਆ ਉਹ ਪੇਸ਼ ਕੀਤੀ ਆ ਸੁਧਾਰਨ ਲੋਕਾਂ ਦੀ ਬੋਲੀ ਹੈ ਤਾਂ ਕਿਵੇਂ ਲੱਗੀ ਅਸਦੀ ਕਲਾਸ ਕਮੈਂਟਸ ਕਰਕੇ ਦੱਸ ਦੇਣਾ ਕਲਾਸ ਨੂੰ ਸ਼ੇਅਰ ਕਰਦੇ ਨੇ ਮਿਲਦੇ ਹਾਂ ਆਪਣੀ ਅਗਲੀ ਕਲਾਸ ਵਿੱਚ ਜਿਹੜੀ ਕਿ ਸਵੇਰ 9 ਵਜੇ ਪੰਜਾਬੀ ਪੈਡਾਗੋਜੀ ਤੇ ਗ੍ਰਾਮਰ ਦੇ ਕੁਸ਼ਨ ਵਾਲੀ ਹੁੰਦੀ ਹੈ ਤੇ 1:45 ਤੇ ਹੁੰਦੀ ਹੈ ਆਪਣੀ ਮਾਸਟਰ ਗ੍ਰੈਜੂਏਟਰ ਪੰਜਾਬੀ ਦੀ ਮਾਸਟਰ ਗ੍ਰੈਜੂਏਟਰ ਪੰਜਾਬੀ ਦੇ ਆਪਣੀ ਅਗਲੇ ਰਾਈਟਰ ਰਹਿਣਗੇ ਸੰਤ ਸਿੰਘ ਸੇਖੋ ਤਾਂ ਜਿਨ੍ਹਾਂ ਨੇ ਭਾਵੇਂ ਉਹਨਾਂ ਦੇ ਨਾਟਕ ਜਾਂ ਇਕਾਂਗੀ ਜਿਹੜੇ ਬਹੁਤ ਘੱਟ ਖਿੱਢੀ ਗਈ ਹੈ ਬਹੁਤ ਘੱਟ ਮਾਤਰਾ ਵਿੱਚ ਪਰੰਤੂ ਫੇਰ ਵੀ ਉਹਨਾਂ ਦੇ ਪ੍ਰਸਿੱਧੀ ਉਹਨਾਂ ਨੂੰ ਕਾਫੀ ਮਿਲੀ ਹੈ ਹਨਾ ਤੇ ਉਹਨਾਂ ਦਾ ਕਲਾਕਾਰ ਨਾਟਕ ਬਹੁਤ ਇੰਪੋਰਟੈਂਟ ਹੈ ਆ ਮਿਲਦੇ ਆ ਕੱਲ ਕਲਾਕਾਰ ਨਾਟਕ ਦਾ ਵਿਸ਼ਾ ਤੇ ਉਸਦੇ ਪਾਤਰ ਕੱਲ ਯਾਦ ਕਰਕੇ ਆਉਣੇ ਠੀਕ ਹੈ ਜੀ